ਖਾਣ ਵਾਲੇ ਕੰਮ ਕਰਨ ਨਹੀਂ ਤੂੰ ਸਾਰੀ ਰਾਤ ਖੰਗਦੀ ਰਹੀ ਹੂੰ ਮੈਂ ਇਕੱਲੀ ਖੰਗਣੀ ਆ ਮਾਸ ਮੈਂ ਉਹ ਵੇਖਾ ਉਧਰ ਵੀ ਖੰਗ ਰਹਿਣੇ ਉਧਰ ਵੀ ਹੈ ਚਾਰੇ ਪਾਸੇ ਖੰਗ ਸ਼ੁਰੂ ਹੋਈ ਨਾ ਮੁਰਾਦਾ ਤੇਰੀ ਖੰਗ ਖਤਮ ਹੋ ਸਕਦੀ ਹੈ ਕਿਵੇਂ ਤੂੰ ਲੇਟ ਕੇ ਚਰਸ ਨਾ ਪੀਆ ਕਰ ਅੱਛਾ ਬਬਲੀ ਮੈਂ ਤੇਰੇ ਮੇਦੇ ਛੁੱਟੇ ਮਾਰ ਦੇਣੇ ਤੇਰਾ ਬੇੜਾ ਗਰਕ ਹੋ ਗਿਆ ਉਤਰੀਏ ਕੰਮ ਦੀ ਨਾ ਕਾਰ ਦੇ ਦੁਸ਼ਮਣਾ ਨਾ ਆਈ ਦੀ ਤੈਨੂੰ ਕੀ ਪਤਾ ਮੈਂ ਕਿੰਨੇ ਕੰਮ ਵਾਲੀ ਆ ਕਿਹੜੇ ਕੰਮ ਕਰਦੀ ਤੂੰ ਸਿੱਧੇ ਫੈਰ ਹੀ ਖਾਏਂਗੀ ਆਏ ਨੇ ਅੱਜ ਕੌਣ ਮੇਰੇ ਜਾਨੂ ਜਿਨਕੇ ਸਾਥ ਮੇਰੀ ਅੰਡਰਸਟੈਂਡਿੰਗ ਹੈ उनका नाम बहुत खूबसूरत है की ढोच कड़ोच ना ही खूबसूरत है स्टैंडर्ड तो बड़ा ही लो है उनका कोई गल नहीं मर जानी खुसर फुसर तू तो हजे भी कई बाबे खोल के फिट करनी है तैनू की तकलीफ है मैनू केड़ियां गल्लां चला लिया इन्हें ए मुंडिया फट तू पैसे लेके जा मेरा पुत्र नस के जा जाके 50 को गजरे ले आया बदतमीजी ਨੀ ਬਬਲੀ ਜੀ ਜੀ ਸ਼ਰਮ ਜਾ ਨਹੀਂ ਕਿਤੇ ਹੋ ਨਿਕਾਹ ਖਾਨ ਸਾਹਿਬ ਆ ਗਏ ਨੇ ਹਾਂ ਜਲਦੀ ਜਲਦੀ ਕਰ ਲਓ ਏ ਭੇਜੋ ਜਨਾਜ਼ਾ ਪੜਾਣਾ ਜਾ ਛੱਡੋ ਜਰਾ ਛੱਡੋ ਆ ਜਾਓ ਅਸਲਾਮ ਅਲੈਕੁਮ ਜਨਾਬ ਕੈਂਚੀ ਚੁੱਕੀ ਜਨਾਬ ਫਾਟਾ ਕਾਨੇ ਵਾਲਾ ਇਹ ਨਿਕਾਹ ਹਾਂ ਨਾ ਡਰਾਈਵਰ ਉਹ ਮਾਫ ਕਰਨਾ ਆਇਆ ਮੈਂ ਨਿਕਾਹ ਪੜਾਣਾ ਵੈਸੇ ਮੈਂ ਪਾਰਟ ਟਾਈਮ ਵੈਗਨ ਕੰਡਕਟਰ ਆ ਅੱਛਾ ਹੁਣ ਤੁਸੀਂ ਇਹ ਦੱਸੋ ਕਿ ਨਿਕਾਹ ਕਿੱਥੇ ਪੜਨਾ ਹੈ ਔਰ ਲਾੜੇ ਨੇ ਕਿੱਥੇ ਚੜਨਾ ਹੈ ਸ਼ਾਬਾਸ਼ ਬਈ ਨਿਕਾਹ ਤੇ ਪੜਾਂਗੇ ਸ ਕੁੜੀ ਵਾਲੇ ਘਰ ਜਾ ਕੇ ਜੀ ਤੇ ਲਾੜੇ ਨੇ ਚੜਨਾ ਤੁਹਾਡੇ ਘਰੋਂ ਜੇ ਜੀ ਅੱਜ ਇਹਨਾਂ ਦੀ ਛੁੱਟੀ ਹੈ ਅੱਛਾ ਬੰਦਾ ਗੱਲ ਕਰੇ ਸੱਚੀ ਤੇ ਖਰੀ ਜੀ 100 ਰੁਪਏ ਮੈਂ ਫੱਟੀ ਲਾਣਾ 50 ਮੈਨੂੰ ਮਾਲਕ ਦਿੰਦਾ 150 ਰੁਪਏ ਫੀ ਫੇਰਾ ਮੈਨੂੰ ਪੈਂਦਾ ਸਾਡੇ ਨਾਲੋਂ ਤੇ ਤੂੰ ਚੰਗਾ ਹੈ ਜੇ ਤੂੰ ਕਰੇ ਸਾਨੂੰ ਤੇ 35 ਦਿੰਦੇ ਨੇ ਬਾਅਦ ਚੋਂ ਕਹਿੰਦੇ ਨੇ ਘੁੱਟ ਵੀ ਕਿੰਨੀ ਦੇਰ ਨੱਚਦੇ ਰਹੀਦਾ ਦੋ ਗਾਣਿਆਂ ਤੇ 35 ਰੁਪਏ ਤੇ ਨਾ ਮੁਰਾਦੇ ਦੁਖੜੇ ਸਾਨੂੰ ਕਿਉਂ ਸੁਣਾਣ ਲੱਗੇ ਉਹਨਾਂ ਨੂੰ ਸੁਣਾ ਨਾ ਜਾਨੂ ਆਏ ਨੇ ਤੇਰੇ ਤੇ ਆਏ ਨੇ ਉਹ ਤੇ ਨੁਕਰ ਚ ਨੇ ਉਧਰ ਕਿਧਰ ਧਿਆਨ ਪਾਣ ਦੀ ਕਿਉਂ ਮੇਰੀ ਲੜਾਈ ਪਵਾਣੀ ਉਹਨਾਂ ਨਾਲ ਅਰੇ ਬਸ 150 ਰੁਪਿਆ ਫੀ ਫੇਰਾ ਬਾਜੀ ਮੇਰਾ ਤੇਰਾ ਕੰਮ ਹੈ ਜੀ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ 8 ਫੇਰੇ ਲੱਗਦੇ ਨੇ ਅੱਛਾ ਹਾਂਜੀ ਬੜੀ ਹਿੰਮਤ ਅੱਛਾ 150 ਰੁਪਿਆ ਫੇਰਾ ਮੈਂ ਇਸ ਵਾਸਤੇ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਤੈਅ ਕਰ ਲਓ ਵਿਆਹ ਦੇ ਪੈਸੇ ਕਿੰਨੇ ਬਣਨੇ ਨੇ ਅੱਛਾ ਲਾੜੇ ਨੂੰ ਪੁੱਛ ਲਓ ਨਿਕਾਹ ਤੇ ਇੱਕ ਫੇਰੇ ਦਾ ਟਾਈਮ ਲੱਗਣਾ ਕਿ ਦੋ ਫੇਰਿਆਂ ਦਾ ਨਹੀਂ ਦੱਸ ਇਸ ਗੱਲ ਦਾ ਤੇ ਪਤਾ ਨਹੀਂ ਜੀ 12 ਵਜੇ ਚੜੇਗਾ ਸਵੇਰ 6 ਵਜੇ ਲੱਥੇਗਾ ਜੀ ਬੜੀ ਉਧਰ ਵੇਖ ਲਓ ਖੁਸਰ ਖੁਸਰ ਹੈ ਸਾਡੀ ਉਹਦੇ ਚ ਵੇਖ ਲਓ ਕਿੰਨੇ ਫੇਰੇ ਬਣਦੇ ਨੇ 8-9 ਫੇਰੇ ਬਣ ਜਣੇ ਨੇ ਇੱਕੋ ਗੱਡੀ ਇੰਜਨ ਸੜ ਜਾਏਗਾ ਜੇ ਤੇ ਕੁਝ ਨਹੀਂ ਹੁੰਦਾ ਜੀ ਇੰਜਨ ਸੜਨਾ ਚਾਹੀਦਾ ਤੈਨੂੰ ਪਤਾ ਹੈ ਅੱਛਾ ਮਾਈ ਗੱਲਾਂ ਆਖਾਂ ਨਹੀਂ ਕਰਦੀ ਮਾਂ ਜਾਨ ਤਰਸੀ ਪਈ ਖਾਨਾ ਖਰਾਬ ਸੀ ਬੱਚੀ ਇਹ ਵੀ ਦੱਸ ਦਿਓ ਕੱਸੀ ਪਈ ਹੂੰ ਹਾਂ ਨੀ ਅੱਛਾ ਬੰਦਾ ਗੱਲ ਕਰੇ ਸਾਫ਼ ਸਾਫ਼ ਦੇਖੋ ਤੁਸੀਂ ਇਹ ਦੱਸ ਦਿਓ ਕਿ ਜਿਹੜੀ ਵੋਟੀ ਹੈ ਨੇਕ ਸ਼ਰੀਫ ਤੇ ਸੁਗੜ ਹੈ ਨਾ ਹਾਏ ਭਾਜੀ ਕੀ ਕਰਨ ਡਏ ਹੁਣ ਅਸੀਂ ਤੁਹਾਨੂੰ ਕੀ ਦੱਸੀਏ ਸਾਡੀ ਬੱਚੀ ਤੇ ਇੰਨੀ ਸੁਗੜ ਇੰਨੀ ਨੇਕ ਹੁਣ ਤੁਹਾਨੂੰ ਕੀ ਦੱਸੀਏ ਬੜੀ ਸਿੱਧੀ ਅੱਛਾ ਜੀ ਉਹਨੂੰ ਕਹੀਏ ਨਾ ਬਹਿ ਜਾ ਉਹ ਲੇਟ ਜਾਂਦੀ ਹੈ ਹਾਂ ਕੰਨ ਫੜ ਇੱਥੇ ਬਦਤਮੀਜ਼ ਹੀ ਨਾ ਤੇ ਤੇਰੇ ਤੇ ਨਹੀਂ ਗਈ ਮੈਂ ਜਨਾਬ ਇਹ ਗੱਲ ਇਸ ਵਾਸਤੇ ਕੀਤੀ ਹੈ ਕਿ ਉਹਨਾਂ ਕੋਲੋਂ ਪੁੱਛ ਲਓ ਹੱਕ ਮੈਰਿਜ ਚਰਚ ਕਿੰਨੀ ਲਖਵਾਣੀ ਚਰਚ ਭਾਈ ਜੋੜੇ ਜੋੜੇ ਦੀ ਵਾਰੀ ਲਾ ਲਓ ਪੂਰੀ ਬਰਾਤ ਲਈ ਸਾਰੇ ਟੁੰਨ ਹੋ ਕੇ ਜਾਵਾਂਗੇ ਛੱਡ ਦਿਓ ਕੀ ਗੱਲ ਕਰਨ ਡਿਆ ਤੁਸੀਂ ਇਹ ਦੱਸੋ ਮੇਰਾ ਕਿ ਉਹਨਾਂ ਕੋਲੋਂ ਪੁੱਛ ਲਓ ਕਿ 1 ਲੀਟਰ ਚ ਕਰਦੀ ਕਿੰਨਾ ਓ ਮੇਰਾ ਧਿਆਨ ਗੱਡੀ ਚਲਾ ਜਾਂਦਾ ਤੁਸੀਂ ਛੱਡੋ ਸਾਰੀਆਂ ਗੱਲਾਂ ਮੇਰਾ ਨਿਕਾਹ ਹੋ ਸਕਦਾ ਚੈੱਕ ਕਰਨਾ ਪੈਣਾ ਇੰਜਨ ਤੇ ਨਹੀਂ ਖੁੱਲਾ ਦੱਸ ਮਾਈ ਤੇ ਇੰਜਨ ਸੰਡੀ ਜਿਵੇਂ ਸਾਡੇ ਦੋਵਾਂ ਦਾ ਇਕੱਠਿਆਂ ਦਾ ਖੁੱਲਾ ਸੀ ਤੇਰਾ ਤੇਰਾ ਬੇੜਾ ਗਰਕ ਹੋਏ ਜੀ ਮੈਂ ਤੇਰੀਆਂ ਨਾਸਾਂ ਚੀਰਦਾਂ ਕਿਲ ਫੜ ਕੇ ਤੂੰ ਮੈਨੂੰ ਜਾਣਦੀ ਨਹੀਂ ਤੇਰਾ ਖੋਨਾ ਖਰਾਬ ਹੈ ਕਿਹੜੀ ਸ਼ਾਲੀ ਟਿਕਣ ਦੀ ਹੈ ਮਾਫ ਕਰਨਾ ਜਨਾਬ ਮੇਰਾ ਧਿਆਨ ਗੱਡੀ ਵੱਲ ਚਲਾ ਜਾਂਦਾ ਉਸਤਾਦਾਂ ਦੀ ਮਾਰ ਖਾਦੀ ਹੈ ਨਾ ਜੀ ਜੀ ਉਸਤਾਦਾਂ ਦੀ ਮਾਰ ਖਾਦੀ ਹੋਏ ਗੱਲ ਰਹੇਗਾ ਨਹੀਂ ਜਾਂਦੀ ਜੀ ਜੀ ਸਾਡੇ ਉਸਤਾਦਾਂ ਨੇ ਕਿਹਾ ਕਿ ਅਗਰ ਟਾਈਮ ਸਿਰ ਗੱਡੀ ਦਾ ਤੇਲ ਨਾ ਬਦਲੀਏ ਗੱਡੀ ਖਲੋਤੀ ਰਹਿੰਦੀ ਜੇ ਔਰ ਚੱਲੀ ਗੱਡੀ ਦਾ ਵੀ ਪਤਾ ਚੱਲ ਜਾਂਦਾ ਜੇ ਕੀ ਬਦਤਮੀਜ਼ੀ ਹੋ ਰਹੀ ਹੈ ਮੈਂ ਵੀ ਡਰ ਰਹੀ ਹਾਂ मैं जनाब गल करना चाह रहा है कि मेरा ध्यान गड्डी चला जाता है दसो कि व्याह डीजल का करना या सीएनजी किथे बची सिलेंडर चुकी फिरेगी
यार दंद कंड कंड दंद तू अग्गे ओ टुटे नी मैं अभी नु की मार्केट तू ते हर वेले मेरे नाल ही लगी रहनी है इच पेड़ा मारन नाम रात तू एहो जी फफे कुटनिया औरता ना पिंडा समाज कमेटी इकट्ठी करके पहली कमेटी आप रख के बाद चो खा पा देनी है टुट गई टुट माफ करा दे गलत दस जी खाना खराबे है नी तू खुस रही है आ सरकड़े चक्कर च बनया है मर जाने की शौक ही बड़ा है कदे चिला पाएगा ना ते क्यों नहीं पाएगा अगले मरदने नहीं तो चेक कर ले किस चीज का मान करनी है ਆਜਾ ਪਹਿਲਾਂ ਲਾੜਾ ਤੇ ਤਿਆਰ ਹੋ ਲਵੇ ਓਏ ਕੰਮ ਸਾਰੇ ਤਿਆਰ ਹੋ ਗਏ ਨੇ ਜੀ ਤੰਬੂਕਨਾ ਤਾਂ ਵੀ ਲੱਗ ਗਏ ਨੇ ਸਾਰੀਆਂ ਚੀਜ਼ਾਂ ਲੱਗ ਗਈਆਂ ਉਹ ਤਾਂ ਤੰਬੂ ਵਾਲਾ ਮੇਰੇ ਨਾਲ ਲੜਨ ਡਿਆ ਕਿਉਂ ਉਹ ਕਹਿੰਦਾ 8 ਕਿੱਲੇ ਲੈ ਕੇ ਆਇਆ ਸਾਂ 6 ਨੇ 2 ਨਹੀਂ ਲੱਭਦੇ ਦੱਸੋ ਮੈਂ ਚੋਰ ਆ ਮੈਂ ਤੇਰੇ ਕਿੱਲੇ ਕੀ ਕਰਨੇ ਨੇ ਚੱਲ ਦੇ ਸੂ ਉਹ ਚੱਲ ਛੱਡ ਓ ਯਾਰ ਸਮਝ ਗਏ ਇੱਥੇ ਹੀ ਨੇ ਮਿਲ ਜਾਂਦੇ ਚੱਲ ਦੇ ਸੂ ਇੱਕ ਹੈ ਹੀ शादी मेरे भतीजे की तेरा भरा ना आए तो जंज भाई रखिए मेरा भी पुत्र है मेरे भरा ने शादी हुई है पुत्र हो कंध च बज के मां बन गई है मेरा मुंह ना खलोई है तेरे तेरे कह दिया सीधा होके निकल जा इथे बाहर सीधा होके तेरे बुला किने वे इथो हां मेरे भरा दा ब्याह है ते मैं ही ना आवा कदी बुलाया किने आ किने बुलाना हां किने ते कुत्ता ना पान वास्ते केड़ा मर जाना कुत्ता शरीक ओए कुत्ता शरीक तू एडी मोरनी मोरनी है तू मरे ओ वेला हो असि ते भोले जदों तेनु ब्याह लिया है इस घर दे विच जिदन दिन बरात लेके गए छापा पै गया सारी जंज थाने च बैठी और लाड़े नूं 1 रुपया नहीं होया एस एच नूं 3500 सलामी हो गई जिदे च मैं भी 300 रही सां हां तू भी 300 तुहानूं मैं दस्सिया सी डिग पिया किहनूं किहनूं दस्सिया सी ਚਵਲ ਜੀ ਮਗਨਾ ਕਰ ਮੈਂ ਤੈਨੂੰ ਸਾਫ ਦੱਸ ਦਵਾ ਸ਼ੁਕਰ ਕਰੋ ਤੁਸੀਂ ਅੱਲਾ ਦਾ ਇਹ ਬਰਾਦਰ ਚ ਕੋਈ ਤੁਹਾਨੂੰ ਮੂੰਹ ਨਹੀਂ ਸੀ ਲਾਦਾ ਹਾਂ ਸਾਨੂੰ ਮੂੰਹ ਨਹੀਂ ਸੀ ਤੇਰਾ ਭਰਾ ਬਗਲੋਲ ਜਿਆ ਹੈ ਨਾ ਬੰਦਾ ਨਾ ਬੰਦੇ ਦੀ ਸਾਥ ਅੱਛਾ ਜੀ ਸਾਨੂੰ ਕੋਈ ਮੂੰਹ ਨਹੀਂ ਸੀ ਲਾਉਂਦਾ ਤੈਨੂੰ ਟੋਨੀ ਬਲੇਅਰ ਦੇ ਰਿਸ਼ਤੇ ਆਏ ਨਹੀਂ ਮਰੇ ਚੈਨਾ ਦਾ ਸਦਰ ਤੇਰੇ ਲਈ ਆਇਆ ਪਾਕਿਸਤਾਨ ਆਹੋ ਆਏ ਫੇਰ ਜਾ ਕਰ ਲੋ ਸਦਰ ਬੁਸ਼ ਸਦਰ ਬੁਸ਼ ਤੇਰੇ ਲਈ ਆਇਆ ਸੀ ਤੇਰੇ ਨਵੇਂ ਬੁਸ਼ ਪਾਉਣ ਵਾਸਤੇ ਤੇਰੇ ਬੁਸ਼ ਓਏ ਓਏ ਕਿਹੜਾ ਉਹ ਮੇਰੀ ਭਾਬੀ ਇੱਕ ਯੂਨਸ ਫੈਨ ਨਹੀਂ ਹੈਗਾ मास्टर बंदा बैठा मैं ये कौन है कहिंदे एहो ही ते मास्टर है जिहड़ा कुड़ी ने कीता है लानत तेरी डिग्री अच्छा मेरी मां दोज़खन ਜਿਹੜੇ ਤੇਰੀ ਮਾਂ ਨੂੰ ਜੰਨਤ 'ਚ ਹਬਸ਼ੀ ਮਿਲੇ ਨੇ ਮੇਰੀ ਮਾਂ ਦੋਸਤ ਨੂੰ ਵਿਆਹ ਤੋਂ ਪਹਿਲਾਂ ਕਹਿੰਦੇ ਜੀ ਕੁੜੀ ਹੁਸਨ ਆ ਰਹਾ ਏ ਉਹ ਸਾਡੇ ਘਰ ਆਈ ਤੇ ਪਤਾ ਲੱਗਾ ਲੱਕੜਾਂ ਚੀਰਨ ਵਾਲਾ ਆ ਰਹਾ ਏ ਅੱਛਾ ਤੈਨੂੰ ਕਿਹੜਾ ਹੀ ਪੈਣੇ ਨੇ ਨਹੀਂ ਤੈਨੂੰ ਬੰਦੇ ਹੀ ਪੈਣੇ
मरे तू मजन जो गया शुक्र करो साडे हांदा च वेख के अच्छा ए तड़ी बरादरी दी नसा फुल गईया हाथ मरन लापे कादे है जिदे मेरे प्यो ने 6 ट्रक जेस दे दित्ते हां जी 6 ट्रक आए साडे बूए अगे रेत ला के निकल गए ओ लोकी मेनू कहन तेरे भरा दी सुहाग रात के लेंटर पाउन लगे हो ओ ते मैं उहनां नूं कहा भाई लेंटर ते कल पवेगा अज ते सरिया सुरिया ही सीधा होना है अगले कहते भी साढ़े को भरा मर गया तुम भैन का रिश्ता ले लो और सुहागरा लाड़ा कुंड चुक के कहता लो जी भरा भी मर गया मर मैं भी गया मरूद खोलिया भी जो कीड़ा निकल आया उन्हें क्या अल्लाह का शुक्र कर पिछली गली च एक औरत की मोटरसाइकिल निकली लख लानत तेरे उते ते कह देंगे तू बेड़ा कर की घर में कह देंगे तौबा है ना अमीर लोगों ने भी की तेनों से कहने तमीज से नाल रहे इंसान ने कुछ बोलो
ਓਏ ਵਿਚਲੀ ਬੋਲੀ ਦਾ ਜਨਾਬ ਜੀ ਬਾਜੀ ਬਾਜੀ ਭਾਈ ਨਾ ਜੀ ਜੀ ਚੋਈ ਸਾਹਿਬ ਕਿੱਥੇ ਨੇ ਉਹਨੂੰ ਦੱਸ ਦਿਓ ਖਾਦੂ ਮਰਾਸੀ ਪਹੁੰਚ ਗਿਆ ਏ ਮੈਂ ਕਿ ਖਾਦੂ ਸਾਹਿਬ ਹਾਂ ਜੀ ਇਹ ਤੁਹਾਡੀਆਂ ਆਪਣੀਆਂ ਮੁੱਛੇ ਕੇ ਜੁੱਤੀ ਕਾਂ ਲਾ ਕੇ ਅੰਦਰ ਵੜਿਆ ਹੈ ਕੀ ਬਦਤਮੀਜੀ ਕਰ ਰਹੇ ਮੈਨੂੰ ਮਜ਼ਾਕ ਨਹੀਂ ਕਰਨਾ ਮੈਂ ਜੰਗ ਲੈ ਕੇ ਜਾਣਾ ਹੈ ਇਸ ਤੋਂ ਬਾਅਦ ਇੱਕ ਹੋਰ ਜੰਗ ਲੈ ਕੇ ਜਾਣਾ ਹੈ ਸ਼ਕੀਲ ਬਾਈ ਦੀ ਬਰਾਤ ਤੇ ਉੱਥੇ ਮੈਂ ਉਹ ਮੁੰਜ ਵਜਾਣਾ ਵਾਜਾ ਸ਼ਕੀਲ ਵੀਡੀਓ ਆ ਰਹੀ ਸੀ ਹਾਂ ਜੀ ਜੀ ਠੀਕ ਹੈ ਬਹੁਤ ਅੱਛੇ ਏ ਮੈਂ ਜੀ ਮੈਂ ਅੰਦਰ ਜਾ ਕੇ ਦਸਤੀਆਂ ਚੌਧਰੀ ਸਾਹਿਬ ਤੇ ਤੁਸੀਂ ਇੰਜ ਕਰੋ ਵੇ ਹਾਂ ਤੂੰ ਵੀ ਕੋਈ ਫੰਕਸ਼ਨ ਕੀਤਾ ਕਦੀ ਸਾਨੂੰ ਪੈਸੇ ਨਹੀਂ ਮਿਲਦੇ ਫੰਕਸ਼ਨ ਦੇ ਕਿਉਂ ਇੱਕ ਸਿਹਾ ਨਾਲ ਫੰਕਸ਼ਨ ਕੀਤਾ 5 ਲੱਖ ਰੁਪਇਆ ਵੇਲਾਂ ਦਾ ਹੋਇਆ ਫੇਰ ਸਵੇਰੇ ਉੱਠਿਆ ਪਤਾ ਲੱਗਾ ਪੰਜਾਂ ਦੇ ਬੰਦ ਹੋ ਗਏ ਨੇ ਸ਼ੇਖਾ ਨਾਲ ਵੀ ਕਿਉਂ ਓਏ ਸ਼ੇਖਾ ਦਾ ਨਾਮ ਨਾ ਲਵੀ ਹਾਂ ਸ਼ੇਖ ਸਾਹਿਬ ਦੀ ਬਰਾਤ ਤੇ ਗਏ ਸੀ ਜੰਗ ਵਜਾਈਏ ਪੂਰੇ ਵਾਜੇ ਵਜਾਏ ਨੇ ਮੈਂ ਕਿਹਾ ਸ਼ੇਖ ਸਾਹਿਬ ਮੇਰਾ ਮਹੀਨਾ ਵਧਾ ਦਿਓ ਕਹਿੰਦੇ ਜਾ ਪੁੱਤਰਾ ਤੇਰਾ ਮਹੀਨਾ 40 ਦਿਨਾਂ ਦਾ ਹੀ ਐ ਬੋਸ ਐ ਬੋਸ ਸਾਡੇ ਨੂੰ ਅਲੱਗ ਦਿਨ ਦਾ ਚਿਰਾਗ ਲੱਭਾ ਇੱਕ ਮਿੰਟ ਠਹਿਰ ਜਾ ਤੂੰ ਚਾਹਨਾ ਕੀ ਕਿ ਵਜਾਵਾ ਆ ਫਿਰ ਓ ਓਹ ਆ ਨਾ ਓਹ ਆ ਤਰਸਾਈ ਜਾਣਾ ਐ ਬਾਜਾ ਮੈਂ ਨਹੀਂ ਵਜਾਣਾ ਕਿਉਂ ਐ ਬਾਜਾ ਵਜਾਣਾ ਜ਼ਮੀਨ ਅਸਮਾਨ ਕੰਮ ਜਾਂਦਾ ਬਗੈਰ ਤਾਂ ਮੈਂ ਨਹੀਂ ਕਹਿਣ ਡਈ ਆ ਬਾਹਰ ਵਜਾ ਤੂੰ ਕਿੱਧਰ ਧਿਆਨ ਲੈ ਗਿਆ ਉਹ ਬਾਜੇ ਦਾ ਕਾਰੀਗਰ ਆ ਇੱਕ ਮਿੰਟ ਬੇਟਾ ਚੱਲੈ ਜਾ ਕੇ ਬੱਚੇ ਲੋਣ ਲਾਪੇ ਨਹੀਂ ਮੈਂ ਮਾਮੂ ਆ ਆਈਓ ਕੋਈ ਫਿਰ ਗੱਲ ਸੁਣੋ ਐ ਜਲਦੀ ਦੀ ਲੈਣ ਬਣਾਓ ਲੈਣ ਬਣਾਓ ਲੈਣ ਬਣਾ ਲਓ ਲੈਣ ਬਣਾ ਲਓ ਤੇ ਸਿੱਧੇ ਇਹਦੇ ਘਰ ਚਲੇ ਜਾਓ ਮੈਂ ਖਾਦੂ ਮਰਾਸੀ ਬੈਂਡ ਵਾਲਾ ਆਇਆ ਫਰੋਜ਼ ਬੈਂਡ ਧਰਮਪੁਰੇ ਦੇ ਕੋਲ ਹੈਗਾ ਨਹਿਰ ਦੇ ਉੱਤੇ तारे मीरे दा इन्ना कु तेल ला दिता ਇੱਕ ਹੋਰ ਫੰਕਸ਼ਨ ਤੇ ਗਏ ਆ ਉੱਥੇ ਪੈਸੇ ਨਹੀਂ ਸਾ ਮੁੱਕੇ ਉਹ ਕਹਿੰਦੇ ਜੋ ਉੱਤੋਂ ਹੋ ਗਿਆ ਤੁਹਾਡਾ ਉੱਤੋਂ ਲੜਾਈ ਹੋ ਗਈ ਮੈਂ ਗਿਆ ਰਾਈਆਂ ਦੇ ਘਰ ਫੰਕਸ਼ਨ ਦੇ ਰਾਈਆਂ ਦੇ ਘਰ ਰਾਈਆਂ ਦੇ ਘਰ ਮੈਂ ਗਿਆ ਫੰਕਸ਼ਨ ਦੇ ਮੈਂ ਡਫਲੀ ਬੜੀ ਵਜਾਈ ਮੈਂ ਕਿਹਾ ਰਾਈ ਜੀ ਮੈਨੂੰ ਕੁਛ ਲਾਓ ਉਹਨਾਂ ਨੇ ਮੈਨੂੰ ਗੰਢੇ ਲਾ ਦਿੱਤੇ ਆ ਬੌਸ ਮੇਰੇ ਨੂੰ ਲੱਭਾ ਅਲਾਦੀਨ ਦਾ ਚਿਰਾਗ ਹਾਂ ਇੰਜ ਕਰਕੇ ਰਗੜਿਆ ਵਿੱਚੋਂ ਜਿੰਨਾ ਹਾਜ਼ਰ ਹੋ ਗਿਆ ਕਹਿੰਦਾ ਕਿਆ ਹੁਕਮ ਹੈ ਮੇਰੇ ਆਕਾ ਕਹਿੰਦਾ ਮੈਂ ਵਾਜਾ ਵਜਾਣਾ ਤੂੰ ਵੇਲਾਂ ਦੇ चलो बे चलो लानत तेरी जिंदगी ते हल्का जा नंबर मिला के गया वे तू निकाह या मरासी है तू चरस पिया कर तेरा साह पक्का होएगा चल निकल इतो जलील जलील बगैरत अच्छा जिस तरह मैं कहूंगी उस तरह ही कहेगा जिस तरह मैं कहूंगी उस तरह ही कहेगा मैं कुत्ते दी बच्ची हां ए होई ते पता करना सी देखिया जी अब्बा जी ਤੇ ਮਾਂ ਬਾਪ ਜਮਾ ਕੇ ਨੂੰ ਨਾ ਤੇ ਨਾਲ ਜਲੇ ਪਿੰਡ ਤੋਂ ਲਾਰ ਤੇਰੇ ਮਾਰ ਜਾਣ ਸਾਰੇ ਉਹ ਪਿਆ ਜਾਂਦੇ ਹੈ ਯਾਰ ਦੇ ਡੰਡੀ ਅੱਜ ਨੂੰ ਜਿੱਦ ਕੋਲ ਕਦੀ ਆਨੇ ਵੀ ਨਹੀਂ ਮੈਂ ਵਾਈ ਬੜੀ ਫਾਇਨ ਤੇ ਲਾਫ ਕੀ ਨਾ 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 ਮਨੇ ਪੜੇ ਤੇ ਪਿਆ ਅਬ ਉਸ ਵੀ ਬਾਜ ਜਾ ਚੱਕ 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 ਐ ਤੇਰੇ ਮੇਦੇ ਚ ਗਰਮੀ ਹੈ ਤੇ ਇਲਾਜ ਕਰਾ ਲੈ ਐਸ ਬਿਮਾਰੀ ਨੇ ਸਾਡਾ ਕੁੱਤਾ ਮਰ ਗਿਆ ਸੀ ਤੂੰ ਸ਼ੇਰ ਨੂੰ ਪਛਾਣ ਨਹੀਂ ਹੈ ਤੂੰ ਹੈ ਸ਼ੇਰ ਹੀ ਹੈ ਤੈਨੂੰ ਖੋਤੇ ਵਾਲਾ ਵਾਕਿਆ ਯਾਦ ਹੈ ਤੂੰ ਮੇਰੇ ਖਿਆਲ ਇਹ ਮਿਸਾਲ ਨਹੀਂ ਸੁਣੀ ਜਿਹਦੇ ਬਾਦਸ਼ਾਹ ਦੀ ਮਿਸਾਲ ਏ ਓ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਹੀ ਨਹੀਂ ਜਿਹਨੇ ਕਰਾਚੀ ਨਹੀਂ ਵੇਖਿਆ ਮਰਿਆ ਹੀ ਨਹੀਂ ਜਿਹਨੇ ਮਰੀ ਨਹੀਂ ਵੇਖਿਆ ਠਰਿਆ ਹੀ ਨਹੀਂ ਤੇ ਜਿਹਨੇ ਪਿਸ਼ੌਰ ਨਹੀਂ ਵੇਖਿਆ ਉਹਨੇ ਚੰਗਾ ਕੀਤਾ ਤੂੰ ਚੰਗਾ ਕੀਤਾ ਹੋਏਗਾ ਅਸੀਂ ਤੇ ਬਦਨਸੀਬ ਆ ਮੇਰੇ ਘਰ ਦੇ ਕਿੱਥੇ ਮਰ ਗਏ ਨੇ ਤੈਨੂੰ ਪਤਾ ਹੈ ਕਿ ਮੇਰੇ ਨਾਲ ਕਿੰਨੀ ਜ਼ਿਆਦਤੀ ਕੀਤੀ ਹੈ ਮੇਰੇ ਘਰ ਦਿਆਂ ਨੇ ਕੀ ਹੋਇਆ ਮੇਰੇ ਭਰਾ ਦੀ ਸ਼ਾਦੀ ਹੈ ਤੇ ਮੈਨੂੰ ਪਤਾ ਵੀ ਨਹੀਂ ਚੱਲਿਆ ਬਾਹਰ ਦੇਗਾਂ ਵੀ ਪੱਕ ਗਈਆਂ ਨੇ ਟੈਂਟ ਵੀ ਲੱਗ ਗਏ ਨੇ ਔਰ ਵਾਜੇ ਵੀ ਵੱਜਦੇ ਪਏ ਨੇ ਅਸਲ 'ਚ ਪਤਾ ਕੀ ਇਹ ਸ਼ਾਦੀ ਪਰਸੋਂ ਰੱਖੀ ਹੈ ਤੁਹਾਡੇ ਵਾਲਾ ਸਾਹਿਬ ਨੇ ਤੁਹਾਨੂੰ ਦੱਸਣਾ ਸੀ ਠੀਕ ਹੈ ਮੇਰੇ ਅੱਬਾ 'ਚ ਭੁੱਲ ਗਿਆ ਸੀ ਤਾਂ ਤੂੰ ਕਿਉਂ ਭੁੱਲੀ ਹੈ ਮੈਂ ਤੇ ਬੰਦਾ ਭੁੱਲ ਜਾਂਦੀ ਹਾਂ ਤੇ ਤੈਨੂੰ ਭੁੱਲਣਾ ਕਿਹੜਾ ਕੰਮ ਹੈ ਲਾਹ ਲਾਨਤ ਹੀ ਇਹ ਤੇਰੀ ਕੋਈ ਨਵੀਂ ਗੱਲ ਨਹੀਂ ਹੈਗੀ ਤੂੰ ਕਿਉਂ ਭੁੱਲੀ ਹੈ ਤੂੰ ਮੈਨੂੰ ਫੋਨ ਕਰ ਦਿੰਦੀ ਨਾ ਮੁਰਾਦ ਐਡੀ ਸ਼ੋਹੀ ਨਾ ਬਣ ਮੇਰੇ ਨਾਲ ਬਾਹਰ ਨਿਕਲ ਤੇਰੇ ਤੋਂ ਪਹਿਲੇ ਗੱਡੀ ਵਾਲਾ ਮੈਨੂੰ ਭਾਵੇ
ਹੈ ਬਦਤਮੀਜ਼ ਹੈ ਬਬਲੀ ਤੂੰ ਨਹੀਂ ਸਮਝਾਇਆ ਮੇਰੇ ਘਰਦਿਆਂ ਨੂੰ ਤੈਨੂੰ ਪਤਾ ਮੇਰੇ ਸਾਜੋਰੇ ਕਿੰਨੀਆਂ ਗੱਲਾਂ ਕਰਦੇ ਪਏ ਨੇ ਕਹਿੰਦੇ ਨੇ ਤੇਰੇ ਭਰਾ ਦੀ ਸ਼ਾਦੀ ਹੈ ਤੇ ਤੇਰੇ ਮਾਂ ਪਿਓ ਜੋ ਕਿਸੇ ਨੇ ਵੀ ਨਹੀਂ ਤੈਨੂੰ ਯਾਦ ਕੀਤਾ ਕੀਤਾ ਸੀ ਤੈਨੂੰ ਯਾਦ ਲੇਕਿਨ ਤੂੰ ਹਰ ਫੰਕਸ਼ਨ 'ਚ ਰਫੜ ਪਾ ਦਿੰਨੀ ਹੈ ਉਹ ਕੀ ਤੂੰ ਹਰ ਫੰਕਸ਼ਨ 'ਚ ਲੜਾਈ ਪਾਉਣੀ ਐ ਇਸ ਲਈ ਨਹੀਂ ਸੀ ਤੈਨੂੰ ਬੁਲਾਇਆ ਬਕਵਾਸ ਨਹੀਂ ਕਰਨੀ ਤੈਨੂੰ ਪਤਾ ਮੈਨੂੰ ਮੇਰੇ ਭਰਾ ਦੀ ਕਿੰਨੀ ਉਚੀ ਹੈ ਇੱਕੋ ਇੱਕ ਤੇ ਮੇਰਾ ਭਰਾ ਹੈ ਔਰ ਇੰਨਾ ਅੱਛਾ ਤੇ ਇੰਨਾ ਨੇਕ ਨਾ ਮਰਦ ਮਰ ਜਾਣਾ ਨਾ ਹੋਵੇ ਤੇ ਤੈਨੂੰ ਪਤਾ ਸਾ ਗਾਲ ਦਮ ਸਾਈ ਨਹੀਂ ਹੈਗੇ ਜੀ ਜੀ ਭਲਾ ਕੀ ਕਹਿੰਦੇ ਪੈਸੀ ਕਹਿੰਦੇ ਨੂੰ ਜਿਹੜਾ ਸੀਰਮ ਬੰਨਿਆ ਹੁੰਦਾ ਕੌਣ ਹੈਗਾ ਮੈਂ ਕਿਹਾ ਸਾਡਾ ਨੌਕਰ ਹੈ ਕਹਿੰਦੇ ਨੌਕਰ ਘੱਟ ਤੇ ਜੂਸ ਕੱਢਣ ਵਾਲੀ ਮਸ਼ੀਨ ਜ਼ਿਆਦਾ ਲੱਗਦੀ ਪਈ ਹੈ ਗੱਲ ਤੇ ਉਹਨਾਂ ਨੇ ਬਹੁਤ ਅੱਛੀ ਕੀਤੀ ਹੈ ਅਸੀਂ ਦੋਵੇਂ ਇੱਕੋ ਜੀਆਂ ਹਾਂ ਹੈ ਬਦਤਮੀਜ਼ ਤੂੰ ਨਾ ਮਰਾਦੇ ਮੈਂ ਨਾ ਸਮਝ ਮੈਂ ਕੱਲੀ ਆਈ ਆ ਉਹ ਨਹੀਂ ਸੀ ਮੇਰੀ ਨੰਦ ਜਿਹੜੀ ਮੇਰੇ ਭਰਾ ਤੇ ਅੱਖ ਰੱਖਦੀ ਸੀ ਕਹਿੰਦੀ ਭਾਬੀ ਮੈਂ ਤੇ ਜਾ ਕੇ ਆਪ ਨਹੀਂ ਪੜ ਕੇ ਆਨੀ ਆ ਤੇ ਉਹਨੂੰ ਬਲੈਂਡ ਚ ਨਾ ਰੱਖੋ ਮਾਸ਼ਾਅੱਲਾ ਮੇਰੀ ਨੰਦ ਸ਼ੀ ਜਿਹੜੀ ਜਵਾਨ ਤੇ ਐਡੀ ਐਡੀ ਇੰਜ ਕਰਕੇ ਕਿਸੇ ਨੇ ਸ਼ੀ ਕੀਤਾ ਤੇ ਜਵਾਨ ਹੋ ਗਈ ਨਹੀਂ ਨਹੀਂ ਜਿੱਧਰੋਂ ਕਹਿੰਦਾ ਰਾਜਮਾ ਭਾਬੀ ਹਾਂ ਜੀ ਮੈਨੂੰ ਬਾਹਰ ਹੀ ਛੱਡ ਆਈ ਆਪ ਤੋਂ ਅੰਦਰ ਆਵੇ ਤੈਨੂੰ ਪਤਾ ਮੇਰੀ ਨੰਦ ਕਿੰਨੀ ਚੰਗੀ ਹੈ ਮਰ ਜਾਣਾ ਮੂੰਹ ਪਾ ਡਿੱਗ ਜਾਵੇ ਤੇ ਉੱਠ ਜਾ ਉਹਦਾ ਕੋ ਜਾਂਦਾ ਨਹੀਂ ਤੇ ਘਰ ਦੇ ਜਾਲੇ ਜੂਲੇ ਆਪ ਹੀ ਲਾਂਦੀ ਹੈ ਹਾਂ ਨਹੀਂ ਨਹੀਂ ਇਹ ਤੇ ਨਾਲ ਦੇ ਘਰ ਵੀ ਚਾਤੀ ਪਾਉਂਦੀ ਹੈਗੀ ਵੇ ਸਾਬਣ ਲਾ ਲੈ ਵੇ ਨਾਂਦੇ ਆ ਤੇ ਮਰ ਜ਼ਿਆਦਾ ਬਕਵਾਸ ਨਹੀਂ ਕਰਨੀ ਮੇਰੀ ਨੰਦ ਲੱਖੋਂ ਮੇ ਇੱਕ ਹੈ ਕੀ ਬਾਤ ਹੈ ਜੀ ਤੇਰੀ ਨੰਦ ਦੀ ਕੀ ਬਾਤ ਸੋਹਣੀ ਹੈ ਕਿੱਡੀ ਸੋਹਣੀ ਹੈ ਨਾ ਸਿੰਧ ਦਾ ਪਤਾ ਚੱਲਦਾ ਤੇ ਨਾ ਪੁੱਠ ਦਾ ਤੈਨੂੰ ਪਤਾ ਨਹੀਂ ਇੱਥੇ ਕਿੱਡੇ ਕਾਰੀਗਰ ਬੈਠੇ ਨੇ ਆਪ ਟੋ ਕੇ ਦੇਖ ਲੈਂਦੇ ਨੇ ਉਹ ਕਿਵੇਂ ਇਹ ਤੂੰ ਸੀਟੀ ਅੱਛੀ ਮਾਰਨਾ ਚੌਕੀਦਾਰਾ ਕਰਿਆ ਕਰ ਭਾਬੀ ਤੂੰ ਤੇ ਕਿਹਾ ਸੀ ਕਿ ਤੇਰੇ ਭਰਾ ਦੀ ਸ਼ਾਦੀ ਮੇਰੇ ਨਾਲ ਹੋਏਗੀ ਅਸਲ ਚ ਹੋਣੀ ਤੇਰੇ ਨਾਲ ਹੀ ਇਹ ਤੂੰ ਜਿਹੜਾ 4 ਸਾਲ ਹਸਪਤਾਲ ਰਹੀ ਹੈ ਨਾ ਯਾਰ ਨਾ ਉਹਦਾ ਪੈਂਡਰਸ ਦਾ ਪੇਸ਼ਨ ਹੋਇਆ ਸੀ ਅੱਛਾ ਉਹਨੂੰ ਪੈਂਡਰਸ ਕਹਿੰਦੇ ਚਲ ਕੋਈ ਗੱਲ ਨਹੀਂ ਉਹ ਕੀ ਹੋਇਆ ਕਮਜ਼ੋਰ ਤੇ ਫੇਰ ਕੀ ਹੋਇਆ ਦੁੱਧ ਛੁਪਿਆ ਕੇ ਮੋਟੀ ਹੋ ਜਾਏਗੀ ਐਸੀ ਕੋਈ ਗੱਲ ਨਹੀਂ ਤੈਨੂੰ ਪਤਾ ਮੈਂ ਮੇਰੇ ਭਰਾ ਨੂੰ ਕਿੱਡਾ ਲਾਇਕ ਕਰਦੀ ਹੈ ਨਹੀਂ ਨਹੀਂ ਬਹੁਤ ਹੋਰ ਕੀ ਤੇਰੇ ਭਰਾ ਨੂੰ ਮੈਂ ਬੜਾ ਪਸੰਦ ਕਰਨੀ ਹਾਂ ਅੱਛਾ ਪਿੱਛੇ ਕਰਕੇ ਖੁੱਲੇ ਨਾ ਵਾਲ ਛੱਡਿਆ ਕਰ ਕਿਸੇ ਦਿਨ ਪਿੱਛੇ ਡਿੱਗ ਪੈਂਗੀ ਔਰ ਮਾਸ਼ਾਅੱਲਾ ਮੂੰਹ ਤੇ ਮੁੱਛਾਂ ਲਾਏ ਤੇ ਵੇਖ ਬਸ ਕਰ ਦੇ ਕੀ ਇਹਦੀ ਮੈਂ ਤੇ ਡਰਦੀ ਮਰੀ ਨਹੀਂ ਇਹਦੇ ਵਾਲਾਂ 'ਚ ਹੱਥ ਮਾਰਨ ਦੀ ਕੋਈ ਚੀਜ਼ ਹੀ ਨਾ ਲੜ ਜਾਏ ਤੇ ਇੰਜ ਕਰੋ ਤੁਸੀਂ ਤਾਰੇ ਵਾਲੀ ਕਮੀਜ਼ ਪਾਈ ਜੀ ਆਹੋ ਤੇ ਚੰਨ ਕਿੱਥੇ ਲਗਾਇਆ ਜੀ ਵੀ ਉਹਦੀ ਸੇਲ ਤੇ ਹੈ ਚੰਨ ਵਾਲੀ ਚਲੋ ਜਾ ਅੰਦਰ ਚੱਲ ਚੱਲ ਕੇ ਚਲੋ ਯਾਰ ਤਿਆਰੀ ਕਰ ਲੋ ਕੀ ਹੋ ਗਿਆ ਹਾਂ ਇਧਰ ਇਹ ਕੌਣ ਨੇ ਮਰੇ ਬੱਚੇ ਜੰਮਣ ਵਾਲੇ ਨਹੀਂ ਅਖਤਰੀ ਲੁੰਡੀ ਓਏ ਬਸ ਕਰ ਦੇ ਵੇ ਓਏ ਔਰਤ ਹੀ ਹੈ ਜਾਂ ਕੋਈ ਖੁਸਰਾ ਸੀਐਨਜੀ ਤੇ ਕਰਾ ਲਿਆ ਚੱਲ ਤੂੰ ਵੀ ਜਾ ਕੇ ਲਾੜਾ ਤਿਆਰ ਕਰ ਤੇ ਇਹ ਪਜਾਮਾ ਬਦਲ ਲੈ ਕਿਉਂ ਤੇਰੇ ਗਾਹਕ ਵਾਪਸ ਮੁੜਦੇ ਨੇ ਉਹ ਕਹਿੰਦੇ ਤਬੀਅਤ ਨਹੀਂ ਠੀਕ ਕਿ ਕੁਝ ਖਾਣਾ ਪੀਣੀ ਆਹੋ ਥੱਲੇ ਉਤਰ ਕੇ ਛਿੱਤਰ ਖਾ ਲੈ ਅਜਾਦ ਹੋ ਛਿੱਤਰ ਮੇਰੀ ਭੈਣ ਆਈ ਸ਼ਰਮਾ ਵਾਲੀ ਭਾਈਜਾਨ 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 ਹਾਂ ਸਮਾਂ ਤਿੱਖੀਆਂ ਤੇ ਦਿਲ ਕਰ ਥੱਕ ਥੱਕ ਹਾਂ ਤੇ ਤੇਰੀ ਦੌੜ ਤੋਂ ਹੀ ਸਮਝ ਗਏ ਨੇ ਉਹ ਭਾਈ ਨੇ ਜੱਜ ਤਿਆਰ ਫੜਾਵੜ ਚਲੋ ਨਾ ਨਹੀਂ ਤੂੰ ਜੱਜ ਦੇ ਨਾਲ ਨਹੀਂ ਜਾਣਾ ਹਾਏ ਲੈ ਫੁੱਫੀ ਤੋਂ ਬਗੈਰ ਜੱਜ ਕਿਵੇਂ ਜਾ ਸਕਦੀ ਹੈ ਕਿਉਂ ਫੁੱਫੀ ਦੇ ਉੱਤੇ ਜੱਜ ਜਾਣੀ ਹੈ ਨਾ ਰੋ ਮੇਰੀ ਗੱਲ ਸੁਣ ਪੈਣਾ ਅਸੀਂ ਮੁੰਡੇ ਨੇ ਜ਼ਿੱਦ ਕੀਤੀ ਅਸੀਂ ਬਰਾਤ ਲੈ ਚੱਲੇ ਨਾ ਕੁੜੀ ਵੇਖੀ ਨਾ ਉਹਦਾ ਘਰ ਅਸੀਂ ਆਪਣੀਆਂ ਔਰਤਾਂ ਕਿਵੇਂ ਉੱਥੇ ਲੈ ਜਾਈਏ ਹਾਏ ਭੈਣ ਜਾਵਾਂਗੇ ਤੇ ਕੁੜੀ ਵੀ ਵੇਖ ਲਾਂਗੇ ਤੇ ਉਹਦਾ ਖਾਨਦਾਨ ਵੀ ਮੇਰੀ ਗੱਲ ਸੁਣ ਨਾਲੇ ਤਿਆਰ ਹੋ ਜ਼ੇਵਰ ਜ਼ੂਵਰ ਪਾ ਲੈ ਮੈਂ ਬਿਊਟੀ ਪਾਰਲਰ ਦੇ ਇੰਨੇ ਪੈਸੇ ਲਾ ਕੇ ਆਈ ਆ ਤੇ ਜ਼ੇਵਰ ਤੇ ਪਾ ਜਿਹੜਾ ਬਬਲੀ ਕੋਲ ਆਪਣੂ ਆ ਕੇ ਲਿਆ ਕੇ ਦਿੱਤਾ ਤੈਨੂੰ ਮਾਨ ਨਾ ਲਿਓ ਅਜੇ ਤੱਕ ਤੂੰ ਉਂਝ ਹੀ ਫਿਰਨ ਦੀ ਨਾਲੇ ਭਾਬੀ ਨਹੀਂ ਸਾਡੀ ਉਹ ਕਹਿੰਦੀ ਜਿੰਨੀ ਦੇਰ ਮੇਰਾ ਭਰਾ ਨਾ ਆਏਗਾ ਜੰਜ ਨਹੀਂ ਜਾਏਗੀ ਲੈ ਉਹ ਤਦ ਜਾਈ ਆਹੋ ਭਰਾ ਕਰੋ ਆ ਆ ਤੇਰੇ ਨੈਣਾਂ ਨੇ ਕੀਤਾ ਐਸਾ ਓ ਸੋਹਣੀਆਂ ਅੱਖਾਂ ਵਾਲੇ ਮੈਂ ਰਹਿ ਗਈ ਤੇਰੇ ਤੇ ਭੈਣਾ ਉਧਰ ਹੋ ਜਾ ਇਹਦੀ ਲਿੱਤ ਦਾ ਟਾਈਮ ਹੋ ਗਿਆ ਹੋਰ ਚਲਾ ਜਾ ਕੇ ਹੋਰ ਚਲਾ ਜਾ ਕੇ ਤੇਰੇ ਆ ਪੁੱਤਰਾ ਤੁਹਾਡੇ ਵਾਲੀ
मेरे भणीवे का विआह तुसी मैनूं नहीं सद्या, लख लाण ताड़ी जिंदगी दे मेरी बदवा ओ भैणा की हो गई अल्लाह की कसम पिंडा वेख के मेनू मेरी दादी याद आ गई। अच्छा जी ओ भी बॉडी बिल्डर सी। बकवास नहीं कर ਉਹ ਮਰੇ ਉਹ ਜਿੱਡੀ ਤੇਰੀ ਧੁੰਨੀ ਹੈ 5 ਕਿਲੋ ਦਹੀਂ ਆ ਜਾਂਦਾ ਉਹ ਚ। ਮੈਨੂੰ ਜੋ ਮਰਜ਼ੀ ਕਹਿ ਲੈ ਧੁੰਨੀ ਦਾ ਨਾਂ ਨਹੀਂ ਲੈਣਾ। ਕਿਉਂ? ਉਹ 9 ਸਾਲ ਹੋ ਗਏ ਮੈਂ ਵੇਖੀ ਨਹੀਂ। ਇੱਕ ਤਰੀਕਾ ਕਿੱਥੇ ਗਾਇਬ ਹੋ ਗਈ? ਇੱਕ ਤਰੀਕਾ ਹੈ ਕਿ ਨਹਿਰ 'ਚ ਛਾਲ ਮਾਰ, ਜਿੱਥੋਂ ਬੁਲਬੁਲਾ ਨਿਕਲੇ ਸਮਝੀ ਧੁੰਨੀ ਹੂੰ। ਮੈਂ ਨਹਿਰ 'ਚ ਛਾਲ ਮਾਰੀ ਸੀ ਫੇਰ ਬੁਲਬੁਲਾ ਵੀ ਨਿਕਲਿਆ ਸੀ ਫੇਰ ਉਹ ਕਿਸੇ ਸਿਆਣੇ ਨੇ ਕਿਹਾ ਧੁੰਨੀ ਨਹੀਂ ਤੇ ਫੇਰ ਉਹ ਬੁਲਬੁਲਾ ਵੀ ਨਹੀਂ। ਅੱਛਾ ਹੋਰ ਫਿਟੇ ਮੂੰਹ ਤੇਰਾ ਉਹ ਵੀ ਸੀ। ਅਸਤਗਫਾਰ ਵੇਖੋ ਤੇ ਕੀ ਹੋਇਆ ਕੀ? ਕੁੱਤਾ ਹੈ ਗੌਰ ਨਾ ਵੇਖ ਸੁੱਤਾ ਹੈ। 8 ਨੇ ਮਾਮੇ ਨੂੰ ਕਿਹੜਾ ਫਤਾ 8 ਨੇ ਓਏ ਕੀ ਹੋਇਆ? 3 ਪਿੱਛੇ ਆ ਗਿਆ ਹੈ। ਅੱਛਾ ਤੇਰੀ ਕਿਹੜਾ ਪਿਓ ਨੇ ਗੈਲਰੀ ਬਣਵਾਈ? ਤਨ ਹੌਸਲਾ ਉਹ ਦਰਜ਼ੀ ਦਾ ਜਿਹੜਾ ਇਹਦਾ ਨਾਪ ਲੈਂਦਾ ਹੈ। ਅੱਛਾ ਉਹ ਤਾਂ ਫੀਤਾ ਧੁੰਨੀ ਤੇ ਰੱਖ ਕੇ ਰਕਸ਼ਾ ਕਰਾ ਲੈਂਦਾ। ਘੰਟੇ ਬਾਅਦ ਆ ਕੇ ਕਹਿੰਦਾ ਲਿਖੋ ਜੀ ਤੀਰਾ 3.5 ਕਿਲੋਮੀਟਰ। ਆ ਜਵਾਨ ਬੰਦੇ ਆ ਜੀ ਨਾਪ ਲੈਣਾ ਤੇਰੇ ਵਾਂਗੂ ਥੋੜੀ ਮਾਸ਼ਾਅੱਲਾ ਉਂਗਲ ਤੋਂ ਪੱਟੀ ਖੁੱਲੇ ਦਾ 3 ਪੀਸ ਬਣ ਜਾਂਦਾ। ਸਹੀ ਗੱਲ ਤਾਂ ਹੌਸਲਾ ਵੀ ਉਸ ਮਾਂ ਦਾ ਜਿਹਨੇ ਇਹਨੂੰ ਜੰਮਿਆ। ਬੱਬਰ ਸ਼ੇਰ ਪੁੱਤਰ ਬੱਬਰ ਸੂਰ ਬੱਬਰ ਕੁੱਤੀ ਦੱਸ ਇਹ ਜਦੋਂ ਇਹ ਜੰਮਿਆ ਇਹਦੀ ਅੰਮੀ ਦੀਆਂ ਚੌਕ 'ਚ ਤਸਵੀਰਾਂ ਲੱਗ ਗਈਆਂ। ਹਾਂਜੀ ਲੋਕ ਮੁਬਾਰਕਾਂ ਦਿੰਦੇ ਸਨ ਇਹ ਔਰਤ ਵੀ ਜਿਹਨੇ ਟਾਈਟੈਨਿਕ ਜੰਮਿਆ। ਇਹਦੀ ਮਾਂ ਦੀ ਵੀ ਮਸ਼ਹੂਰੀ ਹੋਈ ਤਰ੍ਹਾਂ ਬੈਡ ਵੇਚ। ਹਾਂ ਉਹਨੇ ਕਿਹਾ ਇਹ ਔਰਤ ਹੈ ਜਿਹੜੀ ਮਰੇ ਬੱਚੇ ਜੰਮਦੀ। ਮਰੇ ਬੱਚੇ ਸਾਡੀ ਮਾਂ। ਅੱਜ ਜਦੋਂ ਇਹ ਹੋਇਆ ਇਹਦੇ ਪਿਓ ਨੇ ਦਾਈ ਨੂੰ ਪੁੱਛਿਆ ਪਹਿਲਾਂ ਕੀ ਹੋਇਆ? ਉਹ ਕਹਿੰਦੇ ਭਰਾਵਾ ਚੁੱਪ ਕਰ ਅਜੇ ਤੇ ਹੋ ਹੀ ਜਾਂਦਾ 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 ਹੋ ਹੀ ਜਾਂਦਾ। ਇਹ ਬੜੀ ਆਸਾਨੀ ਨਾ ਹੋਇਆ ਇਹਦੀ ਅੰਮੀ ਜਾ ਰਹੇ ਸਨ ਅੱਜ ਆ ਪਿਆ ਹੋਈ ਲੰ ਹੋਈ। ਅਮੋਟੇ ਇੱਕ ਦਿਨ ਮੂਲੀਆਂ ਵਾਲੇ ਪਰੌਂਠੇ ਖਾ ਕੇ ਆਪਣੇ ਘਰ ਦੇ ਬਾਹਰ ਲਿਖਵਾ ਲਿਆ ਯਹਾਂ CNG ਦਸਤੀਆਬ ਹੈ। ਇਹ ਫਿਰ ਆਇਆ ਮੇਰੇ ਕੋਲ ਅੱਛਾ ਟੈਂਕੀ ਫੁੱਲ ਕਰਕੇ ਭੇਜਿਆ। ਹਾਂਜੀ ਓਏ ਓਏ ਤਮੀਜ਼ ਨਾਲ ਆ ਤਮੀਜ਼ ਨਾਲ ਮੈਂ ਚਾਚਾ ਜੇ ਤੂੰ ਮਾਮਾ ਤੇ ਮੈਂ ਮਾਮਾ ਵਾਂ ਮੁੰਡੇ ਦਾ ਜਦ ਤੱਕ ਮੈਂ ਨਹੀਂ ਜਾਵਾਂਗਾ ਸ਼ਾਦੀ ਨਹੀਂ ਹੋ ਸਕਦੀ। ਅੱਛਾ ਔਰ ਇਹ ਜਿਹੜੀ ਹੈ ਭੈਣ ਸਾਡੀ ਇਹਦਾ ਵੀ ਹੁਣ ਪਾਰ ਸਿਰ ਤੋਂ ਲਾਓ। ਅੱਛਾ ਇਹਦੀ ਡੇਟ ਐਕਸਪਾਇਰ ਹੋ ਰਹੀ ਹੈ ਫੇਰ ਜੁਟਾਂ ਤੇ ਖਲਾਰ ਕੇ ਵੇਚੋਗੇ ਕੀ ਮਤਲਬ? ਇਹਦਾ ਪਾਰ ਮੇਰੇ ਤੇ ਪਾ ਦਿਓ ਤੇ ਤੇਰਾ ਕਿਤੇ ਤੇ ਪਾਵਾਂਗੇ ਅਸੀਂ ਦੋਵੇਂ ਜਣੇ ਕਿਤੇ ਨਾ ਕਿਤੇ ਤੇ ਪਾਵਾਂਗੇ। ਠੀਕ ਹੈ ਉਹ ਕਿਤੇ ਚੰਗਾ ਰਿਸ਼ਤਾ ਹੈ ਤੇ ਅਸੀਂ ਹਾਂ ਕਰਦੇ ਹਾਂ। ਹਾਏ ਡਾਰਲਿੰਗ ਤੁਹਾਡਾ ਕੀ ਖਿਆਲ ਹੈ ਵਿਆਹ ਦੇ ਬਾਰੇ ਚ? ਹਾਏ ਹੋਏ ਆ ਸ਼ਰਮਾ ਗਈ ਐਸੇ ਮੌਕੇ ਤੇ ਦੂਰੋਂ ਕਿਤੋਂ ਪਾਲ ਲੈਣ ਚਲੇ ਜਾਈਦਾ? ਦੂਰ ਜਾਣ ਦੀ ਕੀ ਲੋੜ ਹੈ ਮੈਂ ਅੰਦਰੋਂ ਕੱਪੜੇ ਬਦਲ ਕੇ ਆ ਜਾਂਦਾ। ਛੇਤੀ ਆ ਪਹਿਣਾ ਪਹਿਣਾ ਇਹ ਬੜਾ ਬਗਾਰਤ ਇਹਨੇ ਤੈਨੂੰ ਪਹਿਣਾ ਹੀ ਪਹਿਣਾ ਇਨਸ਼ਾਅੱਲਾ। ਇਹਦੇ ਕੋਲੋਂ ਜ਼ਰਾ ਇਤਿਹਾਸ ਕਰੀਏ ਨੇ 3 ਬੀਵੀਆਂ ਮਿੱਧ ਕੇ ਮਾਰੀਆਂ ਹੀ। ਹਾਏ ਮੈਂ ਮਰ ਗਈ ਤੁਸੀਂ 3 ਬੀਵੀਆਂ ਮਿੱਧ ਕੇ ਮਾਰੀਆਂ ਨੇ ਇਹ ਮੇਰੇ ਤੇ ਇਲਜ਼ਾਮ ਅਸਲ ਚ ਧੋਖੇ ਨਾਲ ਮੇਰੇ 3 ਵਿਆਹ ਹੋਏ ਸਨ। ਅੱਛਾ ਉਹ ਇੱਕ ਬੀਵੀ ਮੇਰੀ ਜ਼ਹਿਰ ਪੀ ਕੇ ਮਰ ਗਈ ਹਾਂ ਦੂਸਰੀ ਵੀ ਜ਼ਹਿਰ ਪੀ ਕੇ ਮਰ ਗਈ ਤੀਸਰੀ ਮੈਂ ਆਪ ਡਾਂਗਾ ਮਾਰ ਮਾਰ ਕੇ ਮਾਰਤੀ। ਹਾਏ ਹਾਏ ਉਹ ਕਿਉਂ? ਉਹ ਜ਼ਹਿਰ ਨਹੀਂ ਸੀ ਪੀਂਦੀ ਮੈਂ ਕਿਹਾ ਵੀ ਜਿੱਥੇ ਬਾਕੀ ਗਈਆਂ ਤੂੰ ਹੀ ਜਾ ਜੋ ਅਸੂਲ ਹੈ। ਹੋਰ ਸੁਣਾਓ ਜੀ ਘਬਰਾਓ ਨਾ ਮੈਂ ਤੁਹਾਡੇ ਤੋਂ ਬਹੁਤ ਦੂਰ ਹਾਂ। ਆ ਵੇਖੋ 2 ਗਿੱਠਾਂ ਦਾ ਬਾਤ ਔਰ ਸੁਣਾਈਏ ਕਿਆ ਹੱਸੋ ਨਾ ਅਮਾਨ ਨਾ ਤੁਸੀਂ ਆਪਦਾ ਮੇਰੀ ਧੁੰਨੀ 'ਚ ਖੁਰਕ ਸ਼ੁਰੂ ਹੋ ਜਾਂਦੀ ਉਹ ਤੁਹਾਡੀ ਡੂੰਗੀ ਧੁੰਨੀ ਮੇਰੀ। ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਉਹ ਸ਼ਾਦੀ ਦੇ ਬਾਰੇ ਮੈਂ ਬੱਚੇ ਹੀ ਭਰ ਨਹੀਂ ਸੀ ਹੋਣੇ
डॉक्टर आ गया है जी, डॉक्टर साहब ने। अच्छा डॉक्टर ने। एक अरसा हो गया तू सीधा नहीं सुता। तू चाहना भाई तेरा साथ उठिया ही रवे। तू चाहना किसे काम का गुनाह ना होवे। जो सिनेमे की बुकिंग च लगना जी जी, तेरा दिल करता भाई बुकिंग खुले ही ना। उन्हें भी चेक कर ला, वो भी पैसे लेंदी है। हाँ, डॉक्टर जी। और तू सीढ़ियां चाहनी? हाँ। मैं तेरी सीढ़ी लैन गया, मैनू दुकानदार ने मावा भैणा दियां गालां कढ़ियां। मैनू कहिंदा दौड़ जाओ किसे सियाणे नूं भेज जी। तुर के वहो, तुहाडा व्याह होया? नहीं। ते लैन मेंट क्यों गलत हुई? अब मैनू भी चा। अच्छा भरावा आना तू उधर इन्हें डुबन दे। इधर आ जाओ, इधर आ जाओ, मैनू भी चा कर। तेरिया दो कमजोरिया ने। केड़िया? एक हुसन तेरी कमजोरी है। हाँ। दूसरा तेनू मर्दाना कमजोरी है। तू जाना भाई चौड़ा दी बेचना तेरे हाथ भरे ही रहन। ओ क्यों परे गई? वो भी यही चांदी है। मर जा रहा जी, मेरा चेहरा कितना फ्रेश है। मर जाने टापू जनानी हूं। टापू जनानी है? साडियां पिंडा थावां दी औरतां मंजी खड़ी करके नांदियां ने। अच्छा, थोड़ा पानी पांदियां, बहुत ही खप पांदियां। इधर कोई ना आवे, इधर कोई ना आवे। इधर मेरी दादी ना अंडी सी, मेरा दादा कहंदा ना अंडे ही है। कहंदी तुहानू किवें पता लगा? दादी मेरी दी नजर कमजोर सी। अच्छा, उहने मंजी भी ओ खड़ी कीती जिहड़ी उहनी नहीं सी होई। वैसे दादियां सही नहीं होंदियां यार। क्यों? ये दादियां बहुत ही बुढ़िया हो गए, एडिया बेतकलब हो जाए। दोपहरे 12 बजे कमीज ला के मोटे तरह के गर्मी बड़ी है। वो निका मुंडा कहता खा ला कमीज पा ला। नहीं पुत, हूं की लुकाना। सही कह रहे ने। ए की है? मर जाने फैशन है। आप पाड़ो ते फैशन। हाँ। मर्द पाड़न ते परचे। मैनू ही चेक करी जाना साल आ, मैं को बहुत ही पेमेंट लई है। पता नहीं की समझ लिया इन्हें। जब तू पठाना दे टाल को लंघना तेरे मुंह च पानी आउंदा। अगो पठान भी नहीं ना चंगे, टाल दे उत्ते ही टाल देंदे ने। अच्छा भी मेरा तो दिल करदा तेरे नाल विआह करा के ना जी। तैनू कमा कुछ ना, सिर्फ जुतियां ही मारी आ। सर्दियां सन तेरे वाल सारे दिन मन जाएंगे। मैनू पता है ना। अच्छा? आ मेरे नाल मैं। वे बार बार ना फड़े बाई। मैं मामा कदों गया राती। जदों तू यादगार नूं वारदा वेखना तेरा दिल जश्ने आजादी मनाउण नूं करदा। हाय हाय मुंडा कित्थे चला गया? सारे लोग ध्यान देख।
ਤੂੰ ਗੱਲ ਕਰਨ ਵਾਲੀ ਮਾਂ ਜਿਹੜਾ ਲੜਾ ਉਹ ਹੀ ਦੇਖਾਂ ਤੋਂ ਫਿਰ ਖੁਦਾ ਦੀ ਕਸਮ ਤੂੰ ਕਿਉਂ ਤੋਂ ਦੇਖਾ ਤੋਂਡਿਆ ਸਾਨੂੰ ਚਾਰ ਵਾਲੀ ਨਾਈ ਮੇਰੀ ਚੁੰਮੀ ਲੈ ਗਿਆ ਤੈਨੂੰ ਇੱਥੇ ਸਾਰੇ ਲੱਭਣ ਡਿਆ ਸੀ ਜਦੋਂ ਆਂਦਾ ਕਿ ਮਸਾਲਾ ਕਿਹੜਾ ਬਣਾਉਂ ਐਂ ਚੁੰਮੀ ਲੈ ਲੈਂਦਾ ਹੀ ਚੱਲ ਤੂੰ ਰੋਟੀਆਂ ਪਾ ਦੇ ਮੈਂ ਐਂ ਕਰਦਾ ਉਹ ਮੈਂ ਤੇਰਾ ਵਿਆਹ ਮੈਂ ਲੜਾਵਾਂ ਯਾਰ ਮੇਰਾ ਆਪਣਾ ਵਿਆਹ ਮੈਂ ਇਸ ਕਮ ਆਸੇ ਆ ਦੁਨੀਆ ਚ ਦਾਈਆ ਜਦੋਂ ਲੜਾ ਬਣੀਦਾ ਫਿਰ ਚੁੰਮੀਆਂ ਲੈਂਦੀ ਐ ਲੋਕੀ ਐਵੇਂ ਹੀ ਲੈਂਦੇ ਨੇ ਚੁੰਮੀਆਂ ਨਾ ਕਰ ਜ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਮਾਂ ਮੈਨੂੰ ਨਹੀਂ ਪਤਾ ਫਿਰ ਤੁਹਾਡਾ ਵੀ ਤੇ ਹੋਇਆ ਸੀ ਵਿਆਹ ਤੂੰ ਵੀ ਬਹੁਤ ਕਾਲਾ ਬਹੁਤ ਕਾਲਾ ਕਾਲਾ ਨਾ ਅਮਰਾਦਾ ਸਾਰਾ ਮਾਂ ਤੇ ਗਿਆ ਅੰਮਾ ਮੈਂ ਤੇ ਕੁਝ ਵੀ ਕਾਲਾ ਨਹੀਂ ਜੋ ਅੱਬਾ ਤੇਰੇ ਬਾਰੇ ਦੱਸਦਾ ਕਹਿੰਦਾ ਤੇਰੀ ਮਾਂ ਨੂੰ ਤੇ ਇੰਨੀ ਕਾਲੀ ਸੀ ਮੈਂ ਘੋੜੇ ਤੇ ਜੇ ਬੈਠਾ ਹੀ ਸਾਂ ਤੇਰੀ ਮਾਂ ਜੰਪ ਕਰਕੇ ਘੋੜੀ ਦੇ ਉੱਤੇ ਪੜਮ ਔਰ ਸੁਣਿਆ ਘੋੜੀ ਡਿੱਗ ਪਈ ਥੱਲੇ ਤੁਹਾਡੇ ਭਾਰਤ ਦੇ ਮੂੰਹ ਚੋਂ ਗਾਲ ਵੀ ਨਿਕਲ ਗਈ ਤੁਹਾਡੀ ਅੱਬੇ ਨੇ ਵੀ ਬੜੀਆਂ ਸ਼ਰਾਰਤਾਂ ਕੀਤੀਆਂ ਸੀ ਵਿਆਹ ਤੇ ਬੜਾ ਸ਼ਰਾਰਤੀ ਸੀ ਮੈਨੂੰ ਦੱਸਿਆ ਉਹਨਾਂ ਨੇ ਕਹਿੰਦੇ ਮੈਂ ਘੋੜੀ ਪਿੱਛੇ ਸਿਗਰਟ ਲਾਤਾ ਸੀ ਅੱਬੇ ਤਾਂ ਪਹਿਲੇ ਘੋੜੀ ਤੁਹਾਡੇ ਹਲ ਪਹੁੰਚ ਗਈ ਸੀ ਉਹ ਤੇ ਅੱਲਾ ਦਾ ਸ਼ੁਕਰ ਹੈ ਘੋੜੀ ਸੀ ਜੇ ਹੁੰਦੀ ਅੰਮਾ ਕੋਈ ਗੱਡੀ ਉਹਨੇ ਕੰਧਾਂ ਕੁੰਧਾਂ ਪਾੜ ਦੇਣੀਆਂ ਸਨ ਚੱਲ ਬਕਵਾਸ ਬੰਦ ਕਰ ਜਾਂ ਹਾਰ ਪਾ ਗਾ ਹਾਰ ਨਹੀਂ ਮੈਂ ਪਾਣਾ ਕਿਉਂ ਬਸ ਕਹਦੇ ਪੁਰਾਣੇ ਰਿਵਾਜ ਤੋਂ ਸਸਤਾ ਜਾ ਲੇਲੇ ਵਾਲਾ ਹਾਰ ਮੈਨੂੰ ਪਾਣ ਨਹੀਂ ਮਾਲ ਸ਼ਦਾਈਆ ਹੋ ਜੀ ਆਂਡੇ ਨਾ ਮੈਂ ਨਹੀਂ ਪਾਣਾ ਤੋਂ ਬੰਦਾ ਚਾਰ ਨੋਟ ਲਵਾ ਲੈਂਦਾ ਐਡਾ ਵੀ ਕੀ ਗੁਰਬਤ ਚ ਵਿਆਹ ਹੋਇਆ ਤੇ ਗੁਰਬਤ ਕਿਉਂ ਤੇਰੇ ਪਿਓ ਗੁਰਬਤ ਵਾਲੇ ਵਿਆਹ ਅੰਮਾ ਵੇ ਨਹੀਂ ਤੇਰਾ ਬਾਹ ਹੀ ਲੈ ਕੇ ਆਇਆ ਆਪਾਂ ਲੈ ਕੇ ਆਪਾਂ ਤੇ ਤੈਨੂੰ ਪਤਾ ਸਦਕੇ ਦੀਆਂ ਚੀਜ਼ਾਂ ਲੈਂਦਾ ਹੈ ਐਵੇਂ ਜਾਂਦਾ ਜਾਂਦਾ ਕਿਸ ਨੂੰ ਚਾਰ ਕਿੰਨੂ ਦੇ ਕੇ ਇੱਕ ਸੇਬ ਲੈ ਲੈਂਦਾ ਜਾ ਪਰ ਜਾ ਕੇ ਸ਼ਦਾਈ ਹੋਇਆ ਬੁਲਾ ਸਾਰੀਆਂ ਨੂੰ ਫੜਾ ਚਲੀਏ ਕੁੜੀਆਂ ਨੇ ਤਾਂ ਮਾਰ ਦਿੱਤੀ ਇਹ ਤਿਆਰ ਹੋ ਗਈਆਂ ਧਣੀ ਕੁੜੀਆਂ ਤੇਰੇ ਵੀਰਾ ਦੇਣੀਆਂ ਦੀ ਲੈ ਮੇਰਾ ਪੁੱਤਰ ਹਾਰ ਪਾ ਮੈਂ ਨਹੀਂ ਹਾਰ ਪਾਣਾ ਫੋਕ ਕਰ ਲੈ ਆਪਣੇ ਵੀਰਾ ਬੋਲਾ ਹਾਰ ਮੈਨੂੰ ਨਹੀਂ ਪਤਾ ਚਲ ਅਮਾ ਚਲੀਏ ਲੈ ਕਿੱਥੇ ਚਲੀਏ ਇਹ ਸਾਰੀਆਂ ਨੇ ਇਕੱਠੀਆਂ ਕਰਕੇ ਲੈ ਇਸ ਤਰ੍ਹਾਂ ਕਰਨੇ ਇਹ ਸਾਰੀਆਂ ਦੇਖਨੇ ਇੱਕ ਵਧੀਆ ਜੀ ਲੈ ਉਹਨੇ ਹਾਏ ਬਦਤਮੀਜ਼ ਸਾਰਾ ਬਲਾਲਗੰਜ ਦਾ ਕੇਸ ਮਾ ਮੇਰੇ ਕੋਲ ਪਾਇਆ ਮੈਂ ਤੇਰੀ ਭੈਣ ਆ ਹਾਂ ਮੈਂ ਤੇਰੀ ਭੈਣ ਆ ਭੈਣ ਹੈ ਨਾ ਤੇ ਮੇਰੀ ਹਾਂ ਕਿੰਨੀ ਕੁ ਦੇਰ ਹੋਰ 16 ਦਿਨ ਬਸ ਖਤਮ ਗੱਲ ਵੀਰਾ ਮੈਂ ਤੇ ਕਹਿੰਦੀ ਪਹਿਲੇ ਸਦਕਾ ਦੇ ਮਾਸ਼ਾਅੱਲਾ ਝੂਠਿਆ ਤੂੰ ਤੇ ਕਿਹਾ ਸੀ ਮੈਂ ਤੇਨਾਂ ਸ਼ਾਦੀ ਕਰਨੀ ਹੈ ਮੇਰੀ ਮਾਂ ਮਰ ਜਾ ਜੇ ਮੈਂ ਕਿਹਾ ਹੋਵੇ ਮੈਂ ਇਫਤਖਾਰ ਠਾਕਰ ਨਾਲ ਵਿਆਹ ਕਰਨਾ ਮੇਰੇ ਨਾਲ ਕੋਈ ਨਾ ਪਿਆਰ ਕਰੋ ਜਿਸ ਕੰਮ ਚੱਲੇ ਆ ਚਲੋ ਔਰਤ ਲੈ ਕੇ ਜਾ ਕੇ ਮੈਨੂੰ ਇਹਨਾਂ ਚ ਕੋਈ ਨੀ ਚਾਹੀਦੀ ਮੈਨੂੰ ਸਕ੍ਰੈਪ ਨਾ ਵਿਖਾ ਮੈਨੂੰ ਅਸਲ ਕੁੜੀ ਲਿਆ ਕੇ ਚੱਲ ਮੈਨੂੰ ਨੀ ਪਤਾ ਵੀਰਾ ਮੇਰੇ ਨੇ ਤੇਰੇ ਨਾਲ 4 ਸਾਲ ਕੱਢ ਲੈਣੇ ਮੈਂ ਨੀ ਕੱਢਣੇ ਇਹੋ ਜਿਹੀ ਕੁੜੀ ਦੇ ਨਾਲ ਉਹ ਲੈ ਕੇ ਆਓ ਜਿਹੜੇ ਅਸ ਚੱਲੇ ਆ ਇਹਨੇ ਜਿਹੜੇ ਪੈਸੇ ਲਾ ਕੇ ਨੇ ਹਾਂ ਤੇ ਹੋਰ ਕੀ ਅੱਬੇ ਨੂੰ ਬੁਲਾ ਦਰਾ ਜਰਾ ਮੈਂ ਬੁਲਾਣੀ ਆ ਬਾਬਾ ਚੌਧਰੀ ਸਾਹਿਬ ਹਾਂਜੀ ਹਾਂਜੀ ਓਏ ਮੇਰੇ ਪੁੱਤਰ ਦਾ ਵਿਆਹ ਮੇਰਾ ਅੱਬਾ ਆ ਗਿਆ ਦੇ ਚੁੰਮੀ ਓ ਮੇਰੀ ਸੋਹਣੀ ਔਲਾਦ ਦਾ ਵਿਆਹ ਦੇ ਚੁੰਮੀ ਓ ਮਾਂ ਬੜੀਆਂ ਖੁਸ਼ੀਆਂ ਮਨਾਉਣੀਆਂ ਨੇ ਦੇ ਚੁੰਮੀ ਮੈਂ ਬਿਆਨ ਕੱਲ ਚੱਲਾਂਗੇ ਹੁਣ ਕਿਉਂ ਇੱਥੇ ਤਕਾਤਾ ਮੈਨੂੰ ਇਹਨਾਂ ਨੇ ਯਾਰ ਓ ਚੱਲ ਕੁਛ ਨਹੀਂ ਹੁੰਦਾ ਕੀ ਕਰਦੇ ਹੁੰਦੇ ਹੋ ਹਾਰ ਪਾਓ ਤੇ ਜਾ ਹਾਰ ਤੇ ਹਾਰ ਪਾਣਾ ਚੱਲ ਪੈਸੇ ਲੈ ਜਾ ਓਏ ਨਹੀਂ ਬੁਰਾ ਸ਼ਿਕਨ ਹੁੰਦਾ ਹਾਰ ਪਾ ਤੇ ਹਾਰ ਲਿਆਣਾ ਕੀ ਤੁਸੀਂ ਇਹ ਹਾਰ ਹੀ ਨੇ ਲੈ ਇਕੱਠੇ ਕਰਕੇ ਨਿਊ ਖਾਸ ਜਾਣ ਲੱਗੇ ਓਏ ਬੇਟਾ ਇਸ ਤਰ੍ਹਾਂ ਪਤਾ ਲੱਗਦਾ ਕਿ ਦੁੱਲਾ ਕੌਣ ਹੈ ਹਾਂ ਹਾਂ ਚੱਲ ਨਾ ਯਾਰ ਹਾਏ ਦਿਲ ਕਰਦਾ ਸੀ ਕਿ ਅੱਬਾ ਪਾ ਦੇ ਵਾ ਅੱਬਾ ਹਾਂ ਹੁਣ ਮੈਂ ਪਾਵਾਂਗਾ ਮੇਰੇ ਪੁੱਤਰ ਦਾ ਵਿਆਹ ਅਸੀਂ ਰਚਨੀ ਸਵਾ ਕਰਦੇ ਪਏ ਨੱਚੇਗੀ
ਮੰਗਰ ਅਸੀਂ ਇੱਥੇ ਇੰਜਣ ਖੋਲਿਆ ਲਾਸ਼ਾਂ ਨੱਚਣੀਆਂ ਇਹ ਨੱਚੇਗੀ ਉੱਠੇ ਤੇਰੀ ਭੈਣ नचेगी तो मैं कराना मेरे मुर्शदा ने कहा ना नची एक्सीडेंट हो जाएगा ओनली देर तक नची जब तक बंदे उल्टियां नहीं करते अन्नी तेन डांस चढ़िया है बड़ा नाच नाच भाई तू गाना लाओ नचना ही हाँ असि मजाक किया तू सीरियस ही हो गई जी तेरिया गैर तक मर गई नहीं लोहे के आंडे देने की चली गए चलो ठीक नहीं। दुनिया मेरी इज्जत करे,
क्यों करे इज्जत? तू सोनी बड़ी है। एक ने क्या है? कौन कह रहे? मैं कह रहे, शिवा कह रहे, मैं तेरा घसुन मार सत दंद दा। की हुन चुप ऐना 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 मैनू किड्डी मंगी पै रही औरत, मैं दस नहीं सकता। गल सुन, जानू असीं किथे आ गए आ? असीं इत्थे बरात ते रोटी खाण आए। किसे नूं पता नहीं लगना चाहीदा कि असीं उहनां दे रिश्तेदार नहीं। जे असीं जे फजी गए ते वल कैथी सी? ते जिहड़े होटल च रहणा सी उत्थे फदी जांदे ते फिर की हुंदा? इत्थे फदी जावां? मेरी फूक मेरे ते कड्डी जांदी है। मैं तैनूं कह रिहा कि इत्थे कोई बंदा आवे, हां तू ए वेखना कि मैं उहदे नाल तल्लक किवें बणाउणा। इस पासे हो तू, किवें तल्लक बणाएगा? तू सिर्फ चुप रहना है, चुप। अगो मेरा काम है। अपना अपना कोई है कि सारे आ जा। ए काम तो मैं कदों दा छड़ दित्ता है। यार नहीं यार, मैं जे तैनूं कह रहा ना भाई, ना 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 आ सुणिया नहीं। मैनूं अल्लाह ने एडा पीस दित्ता, हुण मैं कच्चे रूट ना। यार तेरी मैं पर करा फिर किसे वेले आई? किसे दा दिल नहीं तोड़ीदा। कौन? मैं इस घर की नुकरानी है, बबली मेरा ना है। तू सुना मैनू सियाता ही नहीं, तू लाश है, 8 दिन बाद नहर च लब्बे। ओए तू बबली जी, इस घर का नौकर जी? जी हुण पता लग गई मैं कौन हां। शादी किंदी है? ए चौधरी शेरे दे पुत्र नासर दी। नासर दी शादी चौधरी शेरे दा पुत्र जी? हुण पता लग गई मैं कौन हां। ਕਿੰਨੇ ਭਰਾ ਨੇ? ਜਿਹੜਾ ਮੁੰਡਾ ਸ਼ਾਦੀ ਕਰ ਰਿਹਾ ਉਹਦੇ ਕਿੰਨੇ ਭਰਾ ਨੇ? ਦੋ ਭਰਾ ਨੇ ਜੀ, ਇੱਕ ਨਾਸਰ ਤੇ ਇੱਕ ਸ਼ਫਾਕ। ਨਾਸਰ ਤੇ ਸ਼ਫਾਕ ਜੀ? ਤੇ ਚੌਧਰੀ ਸ਼ੇਰ ਦੇ ਪੁੱਤਰ ਦੀ ਸ਼ਾਦੀ ਹੈ ਜੀ? ਜੀ ਹੁਣ ਪਤਾ ਲੱਗ ਗਈ ਮੈਂ ਕੌਣ ਆ। ਲੱਗਾ ਜਾਂ ਨਹੀਂ ਮੈਨੂੰ ਦੱਸੋ। ਮੇਰੇ ਵੱਲ ਉਂਗਲ ਨਾ ਕਰ, ਮੇਰਾ ਦਿਲ ਖਰਾਬ ਹੁੰਦਾ ਹੈ। ਤੇਰਾ ਇੱਕ ਉਂਗਲ ਨਾਲ ਦਿਲ ਖਰਾਬ ਹੁੰਦਾ? ਜੇ ਤੇਰੇ ਲਈ ਮੈਂ ਚੱਪਾ ਕੀਤਾ ਤੇਰੀ ਤੇ ਜਾਨ ਨਿਕਲ ਜਾਂਦੀ। मैनूं फूक तां फड़न दे। मैं भी कहनी हां तेरे घर औलाद क्यों नहीं आउंदी? तू और गल कर रहे, मैं और कर रहे हां। तैनू नहीं पता है बेवकूफा जन्नू? हां जी, इत्थे मैनू लगदा सारे भूंड औड़े ने। इत्थे हो जा घर, इत्थे कोई बंदा तेरे ते अगे भूंडी करन दी कोशिश करेगा ते फिर की करा? मैं उहदे कोलों पैसे फद्दांगा। मैं समझी हां गैरतमंद है। नहीं, मैं जरूरतमंद हां। मेरी टेंशन, मेरी प्रॉब्लम, इहनू की करना है? खेलांगी। चलो जाओ ना, तुसी जाओ अंदर, चोई साहब अंदर ही ने। यार मैं इंजी करदा हुन्ना, मैं कोल खलोना, मैं जांदा हुन्ना। चलो बेवकूफ आदमी, इत्थे अपना रोटियां पानी किते खोल ले अज? ए खपिया छो के ना को सज्जे हाथ होई नाल ही बाहर निकल जाएगा। सारी गड्डियां ते टोकन चेक करके आ। ए मैं आली अंदर बाणा तेरी बैण कोल। ए हां जी इंजी कर देंदियां जी। चल खुसा बसर सेली जी, कोई चंगा जिहा वाकया सुना। मैं एक बंदे नूं कहा मेरे नाल कोई ऐसा काम कर मैनूं सारी जिंदगी ना भुले। फिर बगैर तू उधार कर गया। समझ नहीं सेवर ते मैं इत्थे ही भुल गया। ओए किथे जा रहे? मजूने मछली लैन। आहो उंज ते उंज चिट्टे आ गए ने। ਕੀ ਗੱਲ ਏ? ਤੁਸੀਂ ਸੁਣਾਓ। ਮੈਂ ਠੀਕ ਹਾਂ। ਕੌਣ ਹੋ ਤੁਸੀਂ? ਮੈਂ ਪੁਰਾਣੇ ਲੋਹੇ ਤੋਂ ਔਲਾਦ ਦੇਣਾ ਜੀ। ਪੁਰਾਣੇ ਲੋਹੇ ਤੋਂ ਔਲਾਦ ਦੇਣਾ, ਮੈਨੂੰ ਕੀ ਫਾਇਦਾ? ਕੀ ਕਰਦੇ ਹੋ ਤੁਸੀਂ? ਫਾਇਦਾ ਚੁੱਕੋ ਨਾ ਮੇਰੇ ਭਤੀਜੇ। ਮੇਰਾ ਹੱਥ ਮਜੇ। ਹਾਂਜੀ ਤੇ ਪੈਸੇ ਦੱਸੋ। ਤੂੰ ਮੈਨੂੰ ਹੱਥ ਲਾਏ? ਹਾਂਜੀ। ਤੂੰ ਮੈਨੂੰ ਛੇੜੇ? ਹਾਂ। ਤੂੰ ਮੈਨੂੰ ਛੇੜੇ? ਹਾਂ। ਮੇਰੀ ਗੱਲ ਤਾਂ ਸੁਣ ਨਾ। ਉਹ ਮੈਂ ਤੈਨੂੰ ਤੇਰੀ ਉਹਨੂੰ ਨੂੰ ਆਪਣੀ ਭੈਣ ਕੋਲ ਦੁਕਾਨਾਂ ਲਿਆ ਕੇ ਦੇ ਜਾ। ਹੁਣ एक मिनट, एक मिनट, एक मिनट।
ਯਾਰ ਠਹਿਰ ਜਾਈ। ਐਨਾ ਬੜਾ ਐਡਾ ਹੀ ਕਿਉਂ ਕੀ ਕੀਤਾ ਹੀ? ਮੈਂ ਤਾਂ ਜੋਰ ਕੱਤ ਕੀਤੀ ਬਗੈਰਤਾ। ਓਏ ਤੂੰ ਇਹ ਕੀ ਕੀਤਾ ਏ? ਇਹ ਮੇਰੀ ਜਾਨੂ ਇਹ ਦੱਸੀ ਇਹਨੇ ਬਚਪਾਨਾ। ਅੱਛਾ ਇਸ਼ ਕਰਨਾ ਇਹਦੇ ਨਾਲ? ਇਸ਼ ਕਰਨਾ ਜਿਹਦਾ ਗੁਰਦਾ ਕਮਜ਼ੋਰ ਹੋਏ ਉਹ ਤੇ ਇਹਨਾਂ ਕਰ ਹੀ ਨਹੀਂ ਸਕਦਾ। ਆਹ ਇਹਨਾਂ ਇਸ਼ ਕਰਨ ਦੀ ਖਾਤਰ ਤੇ ਨਾਲ ਪੰਪ ਰੱਖਣਾ ਪੈਂਦਾ। ਬਕਵਾਸ ਨਾ ਕਰ, ਇਹ ਮੈਨੂੰ ਦੱਸ ਕੇ ਘਰ ਦੇ ਵਿੱਚ ਪ੍ਰਾਣੇ ਸੱਦ ਲੈਂਦੇ ਹੋ, ਤੁਹਾਨੂੰ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਟੋਕੋਲ ਦੇਣਾ? ਜਨਾਬ ਮੈਨੂੰ ਤਾਂ ਪਤਾ ਹੀ ਨਹੀਂ। ਉਹ ਲੈ ਗ੍ਰੀਨ ਵਿੱਚ ਕੀ ਬਣਾਇਆ ਤੁਸੀਂ ਗੋਲ ਜਿਹਾ? ਉਹ ਕਮੋਡ ਹੈ। ਉੱਥੇ ਕੀ ਕਰਦੇ ਹੋ? ਉਹਦੇ ਤੇ ਬਹਿ ਕੇ ਕੀ ਕਰੀਦਾ ਹੈ? ਤੇ ਮੈਨੂੰ ਦੱਸੋ, ਮੈਂ ਉਹਦੇ 'ਚ ਪੱਤੀ ਸੱਟ ਕੇ ਚਾਹ ਬਣਾ ਬੈਠਾ। ਉਹ ਮੈਂ ਸਮਝਿਆ ਕੋਈ ਨਵੀਂ ਪਤੀਲੀ ਨਿਕਲੀ ਹੈ। ਇਹ ਕਿਹੜੀ ਪੱਥਰ ਦੀ ਪਤੀਲੀ ਨਿਕਲੀ ਹੈ? ਯਾਰ ਜਾਓ ਯਾਰ, ਤੁਸੀਂ ਸ਼ੇਰੀਏ ਹੋ ਹੀ ਇੰਜ ਦੇ ਆਉਣ ਫਦਾ। ਜਾਨੂ ਜਾਨੂ ਜੀ, ਬੜੀ ਗੱਲ ਹੋ ਗਈ, ਬੜਾ ਟਾਈਮ ਹੋ ਗਿਆ। ਤੇ ਫਿਰ ਹੁਣ ਕੀ ਹੋਣਾ ਚਾਹੀਦਾ ਹੈ? ਥੋੜੀ ਜੀ ਇੰਜੋਇਮੈਂਟ ਹੋਣੀ ਚਾਹੀਦੀ ਆ। ਵੇਖ ਸੂਫੀ ਸਾਹਿਬ ਹਰੂਨਾ ਬਾਦੂ ਆਏ ਨੇ ਕਿਹੜੀ ਦੂਰ। ਕੁਛ ਤਾਂ ਪਹਿਲਾਂ ਮੈਂ ਆ ਗਿਆ, ਘਬਰਾਈ ਨਾ ਸੂਫੀ। ਅੱਜ ਮੈਂ ਕੌਣ ਆ? ਸਾਰਾ ਪੀ ਨਹੀਂ ਹੋ ਰਿਹਾ ਹਾਲੇ ਤਾਈਂ। ਮੈਨੂੰ ਬਾਣ ਕੇ ਬੜਾ ਮਾਰਿਆ, ਪੂਰੀ ਜੇਲ ਦਾ ਆਟਾ ਮੇਰੇ ਕੋਲੋਂ ਗਨਾਇਆ, ਮੈਨੂੰ ਸਭ ਤੋਂ ਬਹੁਤਾ ਮਾਰਿਆ। ਅੱਛਾ, ਉਹ ਕਹਿੰਦੇ ਕਿ ਤੇਰੇ ਕੋਲ ਥਾਂ ਵੀ ਬਹੁਤੀ। ਆਹ ਵਾਹ ਮਰ ਗਿਆ। ਕੋਈ ਇੱਟ ਹੈ ਜਿਹੜੀ ਟਕੋਰ? ਇੱਟ ਮੇਰੇ ਕੋਲ ਆਇਆ ਅੰਦਰ, ਮੈਂ ਗਰਮ ਕੀਤੀ ਹੈ, ਤੇ ਇੱਟ ਵੀ ਤੁਹਾਡੀ ਵਾਕਫ ਹੀ ਹੈ। ਉਹ ਮੇਰੇ ਤੇ ਨਾ ਗਰਮ ਹੋ ਜਾਏ? ਉਹ ਪਹਿਲੇ ਤੁਹਾਡੇ ਤੇ ਹੀ ਸੀ। ਇਹ ਮੇਰਾ ਖਿਆਲ ਹੈ ਸਾਰੀ ਜਾਨ ਦੀ ਫੈਂਟੀ ਖਾ ਕੇ ਆਈ। ਹਾਂਜੀ, ਅੱਬੇ ਦਾ ਬੇੜਾ ਗਰਕ ਹੋਇਆ ਹੀ। ਕੀ ਹੋਇਆ? ਮੈਨੂੰ ਕਹਿੰਦਾ ਪੀਲੀ ਸਫੈਦੀ ਵਾਲਾ ਜਿਹੜਾ ਘਰ ਆ ਨਾ, ਉਹ ਜਨਾਬ ਕੁੜੀ ਵਾਲੇ ਦਾ ਘਰ। ਅੱਛਾ, ਮੈਂ ਉੱਥੇ ਜਾ ਕੇ ਆਵਾਂਗਾ। ਕੁੜੀਆਂ ਕੱਢੋ, ਕੁੜੀਆਂ ਕੱਢੋ। ਉਹ ਥਾਣਾ ਸੀ ਲਗਾ ਮੈਨੂੰ ਫਿਰ ਅੰਦਰ। ਅੱਛਾ ਵੀ, ਮੈਨੂੰ ਤੇ ਇੰਜ ਲੱਗਾ ਜਿਵੇਂ ਉਹਨਾਂ ਨੇ ਨਾ ਕੁੜੀਆਂ ਮੇਰੇ ਵਿੱਚੋਂ ਕੱਢਣੀਆਂ। ਫਿਰ ਕੁੜੀਆਂ ਹੀ ਕੱਢੀਆਂ ਕਿ ਕਿਹੜ ਕੱਢੀ? ਉਹ ਮੈਂ ਤੈਨੂੰ ਅੱਲਾ ਬਚਾਇਆ ਸਾਡੀ ਪਾਕਿਸਤਾਨੀ ਪੁਲਿਸ ਕੋਲੋਂ। ਅੱਲਾ ਹੀ ਬਚਾਇਆ ਜੀ, ਵੈਸੇ ਫੜ ਲੈਂਦੀ। ਹਾਂ, ਸਾਡੀ ਪਾਕਿਸਤਾਨੀ ਪੁਲਿਸ ਜੇ ਜੰਨਤ 'ਚ ਚਲੀ ਗਈ ਨਾ, ਜਾਂਦੀਆਂ ਨੇ ਘਬਰਾ ਜਾਣਾ, ਉਹਨਾਂ ਨੇ ਕਿਹੜਾ ਛਾਪਾ। ਤੇ ਜੇ ਸਾਡੀ ਪਾਕਿਸਤਾਨੀ ਪੁਲਿਸ ਦੋਸਤ 'ਚ ਚਲੀ ਗਈ, ਦੋਸਤੀਆਂ ਨੇ ਅੱਲਾ ਤਾਲਾ ਅੱਗੇ ਫਰਿਆਦ ਕਰਨੀ ਹੈ, ਮੌਲਾ ਆਪ ਘੱਟ ਕਰਨ ਦੇ ਆ ਉਤੋਂ ਪੁਲਿਸ ਸੱਦ ਲਈ। ਹੁਣ ਤੇ ਚਨਿਓਟ ਵਾਲਾ ਹੀ ਲਿਆ। ਮੈਨੂੰ ਕਹਿ ਰਹੇ ਹੋ ਆਪਣੇ ਘਰੋਂ ਲੈ ਕੇ ਆਵਾਂ? ਤੁਸੀਂ ਕੀ ਸਮਝਿਆ ਮੈਂ ਨਹੀਂ ਕੋਸ਼ਿਸ਼ ਕੀਤੀ ਹੋਣੀ? ਉਹ ਟਾਈਮ ਦੂਰ ਬੜਾ, ਰਸ਼ ਬੜਾ। ਉਹ ਲੈ ਵਿਆ ਤੇ ਸਾਡੇ ਕਿਹੜੇ ਕੰਮ ਨੇ? ਬੁਲਾ ਅੱਬਾ, ਬੁਲਾ, ਕੱਪੜੇ ਧੋਆ ਕਰਾਂਗੇ। ਆਹੋ, ਕਿਆ ਬਾਤ ਹੈ ਬਈ? ਅਰੇ ਆਹ ਕੋਟ ਵਾਲਿਆ, ਕਿਆ ਬਾਤ! ਆ ਜਾਓ ਜੀ, ਆ ਜਾਓ। ਢੂੰਡ ਕੱਢ ਲਿਆ, ਇਹ ਹੁੰਦੀ ਮਸ਼ਰਕੀ ਡਾਂਸਰ। ਤੁਹਾਨੂੰ ਤੇ ਪਤਾ, ਜਾਨੂ ਮੈਂ ਇੱਕ ਸ਼ਰੀਫ ਬੱਚੀ ਆ। ਹਾਂਜੀ ਜਾਨੂ ਜੀ। ਜੀ ਜੀ, ਗੱਡੀ 'ਚ ਤੁਸੀਂ ਮੇਰੇ ਨਾਲ ਬੈਠੇ ਸੋ? ਨਹੀਂ ਅੱਬੂ, ਅੱਬੂ ਅੱਬੂ ਜੀ ਸਨ। ਅੱਬੂ ਜੀ ਨੇ ਮੈਨੂੰ ਚੁੰਡੀਆਂ ਵੱਡੀਆਂ ਨੇ। ਮੈਂ ਸਿਰਫ ਚੈੱਕ ਕੀਤਾ ਬੱਚੀ ਠੀਕ ਹੈ ਜਾਂ ਗਲਤ ਹੈ।
लेकिन क्वालिटी है भाई, गलती निकली। अल्लाह का शुक्र है, मैंने तो दूरों वेख के लोग दस देते हैं कि बच्ची गलत है। जानू जी, जी जी, मैंने माफ कर दियो जानू जी। किस गल तो जी? अब्बू जी ने तो मैंने चूंडियां वड़ियां ने। कोई नहीं, खैर है। मेरे को एक गलती हो गई है। दसो। मैं तो तानू समझ के अब्बू जी का हाथ कुटती रही हूं। तू ही दस दे। मैं क्या छोटा सफर है, किन्ना घुट लेगी? ओ पांच पांच मिनट भी नहीं होने, रश तो किन्ना बड़ा है। जानू जी। हाँ जी। जानू जी। हाँ जी। मैं इस कार चाह गई है ना जानू जी। बेफिक्र हो जाओ। इंशाल्लाह ताड़े हालात ठीक हो जाएंगे। हाँ। थैंक यू दोस्त। तू समझ, तू इस कार दी दुल्हन नहीं। हाँ जी। तू साड़ी इन्वेस्टमेंट है। ओहो, है तो मैंनू पता है, मैं तो ताड़ी शक्लां वेख के दसदा सी तुसी कौन लोग हो। मैं आ गई है इंशाल्लाह ताला, ताड़ी उम्मीदां ते पूरी उतरांगी। मैं केड़ा काटा, मैं किधर रिस्पांस देन तो बाज आनी। असीं वी तेसे वास्ते तैनूं लै के आंदा, तुहानूं शरीफ, सानूं शरीफ कुड़ियां दा काटा सी। किथे कोई ताड़ियां कदों शरीफ ने? नहीं, साड़ियां पान खांदियां, दंद खराब ने, इस वास्ते लिजांदा कोई नहीं। तुसी फ्रेश पीस और नवां जापानी फल क्यों अब्बा? हुण आ गई ना, साड़ियां वी निकल जाणगियां। कारीगरी एडी है भाई। ਜਾਨੂ ਜੀ, ਇਹ ਕੌਣ ਬੋਲਣ ਡਿਆ? ਇਹ ਉਹ ਜਿਨ੍ਹਾਂ ਦਾ ਹੱਥ ਕੁੱਟਦੇ ਰਹੇ ਹੋ ਤੁਸੀਂ, ਇਹ ਜਿਨ੍ਹਾਂ ਨਾਲ ਤੁਹਾਡਾ 1000-2000 ਬਣ ਚੁੱਕਿਆ ਹੋਇਆ। ਅੱਬੂ ਜੀ ਨੇ, ਅੱਬੂ ਜੀ ਬੇਟਾ, ਆ ਜਾ ਸੋਫੇ ਤੇ, ਆ ਜਾ ਸੋਫੇ ਤੇ, ਆ ਜਾ ਬੇਟਾ, ਪਰਦਾ ਲਾ ਦੇ, ਅਸੀਂ ਨੰਗੇ ਖਲੋਤੇ ਆ। ਅੱਬੂ ਜੀ, ਅੱਬੂ ਜੀ, ਅੱਬੂ ਜੀ, ਜਾਨੂ ਦੇ ਸੋਫੇ ਤੇ ਆ ਜਾ, ਸੋਫੇ ਤੇ ਆ ਜਾ। ਕਿੱਥੇ ਆ ਜਾ? ਸੋਫੇ ਤੇ ਆ ਜਾ ਨਾ। ਕਿੱਥੇ? ਫਿਲਹਾਲ ਤੇ ਆਓ ਨਾ। ਤੂੰ ਤਾਂ ਕਹਿੰਦੀ ਐ ਮੈਂ ਆਂਦਿਆਂ ਕੰਮ ਤੇ ਖਲੋ ਜਾਵਾਂ। ਆ ਜਾ, ਬੜਾ ਟਾਈਮ ਹੈ ਜੀ। बाद मैनू कहवा भी तू चला गया सर। तू बारवा खिलाड़ी, तौलिया सांभ लिया। बैठो जी, बैठो। होर सब ठीक? बैठो। हा बह भी जा। बैठो बैठो, मैं सवेरे आ जाऊंगा। मेरी खैर है मेरा व्याह, मेरा व्याह कहना कोई नहीं। आया नहीं, बैठो, कुछ नहीं होता, बैठो। तो खुदा दी कसम, गुस्से में नहीं कह रहा। ओ बेटा बैठ जावा, अच्छा नहीं लगता। उठ। तू कहना अच्छा नहीं लगता, कोलों उठ जा सालिया, लगता नाल कुत्ता लैके आई है। मेरे पीछे प्यार नहीं, मेरे पीछे प्यार नहीं, मेरा मेरा तो पता भी नहीं लगना। अंदर जा, सानू अब्बा कंजरी समझे होया वैसे। उठ, वो कोई नहीं होता बेटा, उठ। बड़ी नाराज नहीं होई जांदा दुल्हन जी? हां, सिगरेट लाऊं पक्का? नहीं जानू जी, मैं पी के आई हां। माशाल्लाह, माशाल्लाह, लगदा पुल थले ब्याह के लिए आए सी। की पी के आया? जहाज ही आ गया, मेरा जहाज ही आ गया। नहीं जानू जी, मैं अब्बू जी सिगरेट। अच्छा, बस यही पीता है? हां जी, सादा नहीं, पक्का पीता है। आ पक्का ही पीना चाहिए, अंदर जाके कच्चा हो जाता है ना। जानू जी बैठो, सवेरे आ जाऊंगा। जानू जी, मैंने माफ कर दिया, मैंने कड़ा किसी ने मना करना। उठ ना अब्बा, बस मेरा ब्याह हो गया, हुण दुआ कर अल्लाह मैनू भरा दे दे। उठ यार, मैं सवेरे आ जाऊंगा। चलो फिर आ जाई। मेरा मतलब कि बच्ची परेशान ना होवे ना। हां डार्लिंग जी। जानू, ये मेरा पापा है। अच्छा है ना ताडे अब्बू जी? बस पीती है ना, जरा पता नहीं लग रहा। ਤੁਸੀਂ ਪੀਂਦੇ ਹੋ? ਹਾਂ ਜੀ, ਸ਼ਰਾਬ। ਅੱਬੂ ਜੀ, ਸ਼ਰਾਬ ਨਾਲ ਨਾ ਫੇਫੜੇ ਖਰਾਬ ਹੋ ਜਾਂਦੇ ਨੇ। ਮੈਂ ਸੁਣੀ ਹੈ ਤਾਂ ਖਰਾਬ ਹੋ ਜਾਂਦਾ ਹੈ, ਇਨਸਾਨ ਦਾ ਅੰਦਰ ਖਰਾਬ ਹੋ ਜਾਂਦਾ ਹੈ। ਸ਼ਰਾਬ ਅਗਰ ਪੀਓ ਤੇ ਨਾਲ ਛੋਟਾ ਗੋਸ਼ ਖਾਇਆ ਕਰੋ। ਹਾਂ ਜੀ, ਹਾਂ ਜੀ। ਮੈਂ ਉਹ ਇਹਦਾ ਮਤਲਬ ਕਿਹੜੇ ਏਰੀਆ ਚ ਆਈ ਹੈ ਤੂੰ? ਇਹਦਾ ਮਤਲਬ ਹੈ ਅੱਜ ਨੌ ਦੇ ਨਾਲ ਹੀ ਸੱਟ ਲੱਗੇਗਾ। ਅੱਧਾ ਹੀ ਮੰਗਾਉਨੇ ਅੱਜ। ਚਲੋ ਮੰਗਾਓ ਫਿਰ। ਇੱਧਰ ਆ ਜਾ, ਮੈਂ ਸਵੇਰੇ ਆ ਜਾਗਾ। कोई गल नहीं पुत्र, ओदी केड़ा जाया होनी है।
अंदर दूध का गिलास पे है। अच्छा हां थैंक यू। हां पीना ना मैं आप पीना आउने लग जाने दोवा अंदर जाने ਤੁਸੀਂ आ जाओ आ जाओ चलो माशाल्लाह चांद टूटता ही लग रही है। अच्छा अब्बू जी इजाजत दे आ जाओ आ जाओ इजाजत दे तू केड़ा बॉर्डर ते चल नहीं है आ जाओ सोने नाल दे छत्ता में चढ़ के देखण रहे ने की सोचण गए अगले मैं कह रही हां इस कांच में आ ते गई हां हां जी तोमी और अब्बू जी नाल कोई गल ही कर ला कर लो फिर का टाइम लगना है उस काम से मेरा लसंस है अल्लाह ने देखो ना मैं आओ समझीदा हुंदा साईं जी की हो गया पहले कदी नहीं आ गया चलो जानू जी बच्चे असल पार्टी मैं हां नहीं देखो वो प्रॉपर्टी डीलर है प्लाट दा मालिक मैं हां उन्होंने सिर्फ सौदा कराया जे आओ बेटा कमरा मैं बनाऊ जी प्लाट तेरा ही है पगड़ी तो मैं दीती है ना बाबू जी पगड़ी संभाल लब्बा गल करना चाहनी है जेड़ी गल करनी मेरे ना कर मैं तेरे सामने बस उठ जाओ जाओ बेटा जाओ बच्चा काला पै गया अच्छा अब्बू जी बा मेरी दुआएं तेरे नाल ने बड़ी मेहरबानी अब्बू जी चलो कादी दुआएं सी बॉर्डर ते चले चल जाओ चलो किथे मैं ते भूल ही गया सी करना की तू चल मैं चल चल ना मैं ते नहीं ना भूली हां चलो जी तू भूल जाओगे पुत्र मैं आना तो खाना पीना भूल जा तू दस देना चलो अब्बा हां इधर आवे कोई ना दस मिनट ठहर के आए तरीफ ने खानदान कंजर अगो नौ भी तो वेख ना वो कड़ा सम समझा आई है समझ ला अठ नौ ही आ गई डालिंग मैं आ रहा हूं चलो ते दोबारा आ रही चलो छेती आओ किदो दा इंतजार करन रही है ਤੁਹਾਡਾ ਬੱਚੀ ਬਣੀ ਮੈਂ ਤਿਆਰੀ ਕਰਕੇ ਬੈਠੀ ਆ ਉਹ ਤੇ ਪੂਰਾ ਰੈਸਲਰ ਆ ਆ ਜਾ ਪੱਖਾ ਵੀ ਠੀਕ ਕਰਨਾ ਹੈ ਐ ਕੀ ਕਰ ਲਾਂਗੇ ਹੁਣ ਇਹਦੇ ਨਾਲ ਖੇਡਾਂਗਾ ਅੱਛਾ ਚਲੋ ਜਾਓ ਅਸੀਂ ਪੀਂਦੀ ਹੈ ਭਾਈ ਇਹ ਜਬੋਤੀ ਪੀਤੀ ਤੇ ਇੱਧਰ ਆ ਜਾਓ मैं पीती खराब नहीं करनी एदा मतलब है तुसी पीती नू फीती फीती नहीं करना बाहर निकल केड़े कम्मे लगे और तेरा प्यो साडियां चुम्मियां लैंदा पिया यार जाओ आज दी रात ते मैनेज कर लो ना जाओ घट मेहरबान अरे एडा हुंदा मुंह इत्थू जफ्फे भरदा पिया है प्रशाद बुआ खोल मैं हूं बैठा रहा कोई आप मेरी छेड़ दे यार पहले दस अंदर की कर रहे हो ठीक है की कर रहे हो ओ, करोला गड्डी आई तेल बदली कर रहे
आंदे बबलिंग करन लग पई। ओ तेरा हाथ ही बच्ची दा है अपन ना करना यार, तू ना बंद करना। ओ भाई भाई जी बस इतना ही हुंदा है दोस्ता, साडा भी ख्याल कर। ओ तू की कर रहे है, तेरा प्यो कितू सकता फिर। इसे माली दी थी है। चलो जेडी हैं फिक्का क्यों लग रहा है यार। अच्छा भी लगता है जी ना जिमें कोई गलत काम हो रहा है। बच्चे भी खुशहाल, आप भी खुशहाल। कमाल कर छी हूं ड्रामा खत्म करके बाहर जाइए अगला बोतल भी पियांदा पुछ भी लेंदा काले सूट वाली का नंबर की है। मैं दो खानियां ने मैं तेरे को नी तमीज दे नाल नी कादी तमीज नी है कादी तमीज तेनु छुरियां ही बजनियां ही किन्ने मनु किन्ने मारनियां छुरियां मनु एक दस आए ने के आए ते मैं की करा आ फिर अंदर मेरे नाल मैं चोई सामने तेरी गल करा आ मेरे नाल डॉक्टर की थई जानू हुन काला जानू रह गया जानू मैं ना गल करी
ਮੇਰਾ ਕੀ ਕਸੂਰ ਹੈ ਇਹਦੇ ਚ? ਹੋਰ ਕਹਦਾ ਕਸੂਰ ਹੈ? ਆਪਣੇ ਸਾਡੇ ਘਰ ਵਾਲੇ ਦਾ ਕਸੂਰ ਹੈ। ਆਪਣੇ ਰਿਸਪੌਂਸ ਤੇ ਥੋੜਾ ਕੰਟਰੋਲ ਤੇ ਕਰ ਤੂੰ। ਉਹ ਨਹੀਂ ਮੈਂ ਕਰ ਸਕਦੀ, ਮੇਰੀ ਆਦਤ ਹੈ। ਤੇਰੀ ਤੇ ਰਿਸਪੌਂਸ ਘੁੱਟ-ਘੁੱਟ ਕੇ ਭਰਿਆ। ਮੈਂ ਕੀ ਕਰਾਂ ਸੀ? ਤੇ ਸਾਡੇ ਖਾਨੀ ਆ ਮੈਂ। ਮਦਰ ਟਰੀਸਾ ਬਣ ਗਈ ਆਉਂਦੇ ਆ ਇੱਥੇ। ਜਾਨੂ। ਅੱਛਾ ਚਲੋ ਕੋਈ ਨਹੀਂ, ਮੈਂ ਹੁਣ ਇੱਥੇ ਹੀ ਆ ਸਾਰੀ ਜ਼ਿੰਦਗੀ, ਮੈਂ ਤੇਰਾ ਚੱਲੇ ਜਾਣਾ। ਸਾਰੀ ਜ਼ਿੰਦਗੀ ਐਂ ਟਾਈਮ ਤੇ ਤੂੰ ਬਾਕੀਤ ਕੱਢ ਲੈਣੀ। ਜਾਨੂ ਜੀ। ਹਾਂ। ਇੱਕ ਗੱਲ ਤੇ ਦੱਸੋ। ਜੀ। ਵਲੀਮੇ ਦਾ ਕੀ ਕਰਨਾ ਹੈ? ਮੈਂ ਕੋਈ ਨਹੀਂ ਦੇਖਦਾ, ਚੜ੍ਹਨੀ। ਆ ਤੇ ਤੁਸੀਂ ਨਹੀਂ ਚੜ੍ਹੋਗੇ ਤੇ ਮੇਰਾ ਕੀ ਜਾਣਾ, ਤੁਹਾਡੀ ਰਿਪੋਰਟ ਗਲਤ ਨਿਕਲਣੀ ਹੈ। ਪਹਿਲੇ ਬੜਾ ਪਰ ਮੈਂ ਟੀਪੂ ਸੁਣਾ। ਐ ਲੋ ਫੇਰ ਆ ਗਿਆ ਕਟਾ ਜਿਆ। ਦੇਗਾ ਚਾੜ ਦਿੱਤੀਆਂ ਨੇ। ਕਿੱਥੇ ਚਾੜ ਦਿੱਤੀਆਂ ਨੇ? ਛੱਤ ਤੇ ਚਾੜ ਦਿੱਤੀਆਂ ਨੇ। ਛੱਤ ਤੇ ਕੋ ਚਾੜ ਦਿੱਤੀਆਂ ਯਾਰ? ਮੈਂ ਕਿਹਾ ਪਕਾਉਣੀਆਂ ਨੇ। ਹਾਂ ਜੀ। ਬੇਟਾ ਜੀ ਖੁਸ਼? ਜੀ। ਹੈਪੀ ਹੈਪੀ? ਅਬੂ ਜੀ। ਹਾਂ ਜੀ। ਅਬੂ ਜੀ। ਹਾਂ। ਦੋਵੇਂ ਉਤੋਂ ਉਤੋਂ ਇੱਕ ਦੂਜੇ ਨੂੰ ਕਹਿਣ ਲੱਗੇ ਅਬੂ ਜੀ ਤੇ ਬੇਟਾ ਜੀ। ਆਰਾਮ ਹੈ ਜੇ ਦੋਵੇਂ ਤੋਂ ਦਿਲ ਚ ਗੱਲ ਹੋਵੇ ਕੋਈ। ਬੇਵਕੂਫੋ। ਦੋਵੇਂ ਦਾ ਦੰਦ ਇੰਦੇ ਨੇ। ਐ। ਮੇਰੇ ਹੀ ਦਾ। ਹਾਂ ਜੀ। ਅਬੂ ਜੀ। ਹਾਂ ਜੀ। ਅੱਛਾ ਪਤਾ ਹੈ ਮੈਨੂੰ। ਮੈਨੂੰ ਤੇਰੀ ਮਾਂ ਦੀ ਕਸਮ ਹੈ ਅਬੂ ਵਾਲਾ ਇਸ਼ਾਰਾ ਹੈ। ਅੱਛਾ। ਕਿੰਨੀ ਖੁਸ਼ ਹੈ ਤੂੰ? ਅਬੂ ਜੀ। ਹਾਂ। ਬਸ ਖੁਸ਼ ਤੇ ਲਈ ਲੇਕਿਨ ਮੇਰੀ ਮਜਬੂਰੀ ਹੈ। ਕੱਲ ਸੁਣ। ਹਾਂ ਜੀ। ਤੁਹਾਡੀ ਰਿਪੋਰਟ ਸਹੀ ਕੱਢਾ ਕੇ ਗਲਤ? ਤੇਰੇ ਤੇ ਹੀ ਮੈਂ ਹੁਣ ਕੀ ਕਰ ਸਕਦਾ? ਫਿਰ ਰਿਪੋਰਟ ਸਹੀ ਕੱਢ ਲੈਂਦੇ ਆ, ਕੋਈ ਗੱਲ ਨਹੀਂ। ਆ ਇਹਦੇ ਪੈਸੇ ਬਾਅਦ ਚ ਇਲਾਜ ਕਰਾ ਲਾਂਗੇ। ਇਹਦੇ ਪੈਸੇ ਤੇ ਲਵਾਓ ਨਾ, ਬਾਅਦ ਚ ਇਲਾਜ ਕੀ ਕਰਾ ਲਾਂਗੇ ਵੀ। ਅਬੂ ਜੀ, ਅਬੂ ਜੀ। ਹਾਂ ਜੀ। ਮੈਂ ਬੜੀ ਖੁਸ਼ ਅਬੂ ਜੀ, ਮੇਰਾ ਵਲੀਮਾ ਕਰ ਦਿਓ। ਅੱਛਾ ਜੀ। ਹਾਂ ਜੀ, ਵਲੀਮਾ ਹਲਾਲ ਕਰੋ। ਕਿੰਨੀ ਖੁਸ਼ ਹੈ? ਮੈਂ ਇੰਨੀ ਖੁਸ਼ ਹਾਂ ਕਿ ਅੱਜ ਮੈਂ ਆਪਣੇ ਵਿਆਹ ਦੀ ਖੁਸ਼ੀ 'ਚ ਜਸ਼ਨ ਮਨਾਵਾਂ। ਮੈਂ ਹੋਰ ਠੀਕ ਠਾਕ। ਰਾਜੀ ਬਾਜੀ ਇੱਕ ਮਿੰਟ ਠਹਿਰੋ। ਅਸਲਾਮ ਅਲੈਕੁਮ। ਅਸਲਾਮ ਅਲੈਕੁਮ ਜੀ। ਮੇਰੇ ਵਾਲੀ ਰਿੜਿਆ ਨੇ ਤੇ ਨੀਵੀਂ ਜਗ੍ਹਾ ਸੁਣਾਓ ਕੀ ਹਾਲ ਹੈ? ਇਹ ਤੇ ਚਮੜਾ ਹੀ ਭੱਜ ਗਿਆ ਇਹਨਾਂ ਜੀ। ਹਾਂ। ਕੌਣ ਹੋ ਤੁਸੀਂ? ਤੈਨੂੰ ਨਹੀਂ ਪਤਾ ਮੈਂ ਟੈਂਟ ਲਾਏ ਨੇ, ਕਿੱਲੇ ਠੋਕਦੇ ਵੇਖੇ ਨਹੀਂ ਤੂੰ? ਉਹ ਤੂੰ ਨਾਲਦਿਆਂ ਦੀ ਮੱਝ ਦੇ ਪੈਰ ਤੇ ਕਿੱਲਾ ਠੋਕ ਕੇ ਆਵਾ ਤੇ ਤੈਨੂੰ ਲੱਭਦੇ ਪਏ ਨੇ। ਹੈ 72,000 ਦੀ ਮੱਝ ਹੈ, ਉਹ ਤੇਰੇ ਤੇ ਕੇਸ ਪਾ ਗਿਆ ਬਾਈ ਜੀ, ਤੁਹਾਡੇ ਪਿੱਛੇ ਪਿੱਛੇ ਨਿਕਲ ਜਾਓ। ਵੇਖ ਲੈ ਨਾ। ਮੈਂ ਕਹਿ ਰਿਹਾ ਮੈਂ ਕੋਈ ਚਵਲ ਨਾ ਮਾਰਦੀ ਕੋਈ। ਮੈਂ ਕੋਈ ਚਵਲ ਨਹੀਂ ਮਾਰਦਾ, ਉਹ ਫੜ ਲੈਣਗੇ ਤੈਨੂੰ। ਲੈ ਫਿਰ ਮੈਂ। ਸਲਾਮ ਅਲੈਕੁਮ। ਵਾਲੇਕੁਮ। ਕੌਣ ਸਾਹਿਬ ਬਜ਼ੁਰਗੋ? ਠੇਗਾ ਪਕਾਇਆ, ਰੋਟੀ ਤੂੰ ਖਰਾਬ ਕੀਤੀ ਹੈ। ਆ ਬਗੈਰਤਾ ਤੇਰੀ ਵਜ੍ਹਾ ਤੋਂ ਅਸੀਂ ਰਾਤੀ ਸਰਾਣੇ ਖਾ ਕੇ ਸੁੱਤੇ ਆ। ਇੱਕ ਮਿੰਟ ਠਹਿਰ ਜਾ, ਜ਼ਰਾ ਤੇਰੇ ਨਾਲ ਵੀ ਗੱਲਬਾਤ ਕਰਨੀ ਆ, ਬੜੀ ਜ਼ਰੂਰੀ ਹੈ। ਹਾਂਜੀ। ਸਲਾਮ ਅਲੈਕੁਮ। ਇਹ ਜਿਵੇਂ ਤੁਸੀਂ ਉਹਨਾਂ ਨੂੰ ਫਾਰਗ ਕੀਤਾ ਹੈ ਨਾ ਜੀ, ਉਹ ਮੈਂ ਨਹੀਂ ਜਾਣਾ। ਮੈਂ ਤੁਹਾਨੂੰ ਦੱਸਾਂ ਕਿਉਂ ਜਨਾਬ? ਤੁਸੀਂ ਮੈਂ ਅੱਜ ਪਹਿਲ ਲੈ ਕੇ ਜਾਣੇ ਨੇ। ਲੈ ਜਾਓ। ਹਾਂਜੀ। ਔਰ ਅਗਰ ਤੁਸੀਂ ਪਹਿਲ ਨਾ ਦਿੱਤੇ ਜੀ ਤੇ ਇਧਰੋਂ ਫਾਇਰ ਵੱਜਣਾ, ਪਰਲੇ ਪਾਸੇ ਨਿਕਲਣਾ। ਮੈਂ ਤੁਹਾਨੂੰ ਮੈਂ ਤੇ ਅੱਲਾ ਦੀ ਕਸਮੇ ਆਪਣੀ ਅੰਮੀ ਦੀ ਦਵਾਈ ਲੈਣ ਆਇਆ। ਦਵਾਈ ਦੇ ਪੈਸੇ ਕੋਲ ਕੋਈ ਨਹੀਂ ਆ, ਵੇਖੋ ਖੁਦਾ ਦਾ ਵਾਸਤਾ ਤੁਸੀਂ ਵੀ ਮਾਵਾਂ ਪੈਣਾ ਵਾਲੇ ਹੋ। ਮੇਰੀ ਮਾਂ ਵਾਲਦਾ ਬਿਮਾਰ ਹੈ, ਮੈਂ ਦਵਾਈ ਲੈਣੀ। 400 ਰੁਪਈਆ ਦੇ ਦਿਓ, ਮੈਂ ਤੁਹਾਡੀ ਮਾਵਾਂ ਪੈਣਾ ਦੀਆਂ ਦਵਾਵਾਂ ਦਿਆਂਗਾ। ਤੁਹਾਡੀ ਮਿਹਰਬਾਨੀ, ਅੱਲਾ ਤੁਹਾਨੂੰ ਅਜਰ ਦੇਗਾ ਜਨਾਬ। ਤੁਹਾਡੀ ਸੋਚੋ ਨਾ ਜਨਾਬ, ਨੇਕੀ ਸੋਚੀ ਦਾ ਨਹੀਂ ਹੁੰਦਾ। ਬੰਦਾ ਤੇ ਤੂੰ ਮਜ਼ਲੂਮ ਨਹੀਂ, ਪੈਸੇ ਹੀ ਤਾਂ ਮੈਂ ਲੈਣ ਆਇਆ, ਸੁਣਿਆ ਇੱਕ ਆਨਾ ਨਹੀਂ ਹਜੇ ਤੱਕ ਮਿਲਿਆ। ਆ ਮੈਨੂੰ ਦੇ, ਮੈਂ ਵੇਚ ਲੈਂਦਾ। ਜਾ ਤੁਹਾਡੀ ਬੜੀ ਮਿਹਰਬਾਨੀ ਹੈ, ਤੁਸੀਂ ਤੁਹਾਨੂੰ ਅਜਰ ਮਿਲੇਗਾ। ਹੁਣ ਉਦੋਂ ਆਉਣਾ ਜਦੋਂ ਨਵਾਂ ਪਿਸਤੌਲ ਲੈ ਲਓ। ਜਾਓ, ਤੁਹਾਡੀ ਬੜੀ ਮਿਹਰਬਾਨੀ। ਛੱਡੋ ਇਸ ਗੱਲ ਨੂੰ। ਹਾਂਜੀ। 50-50 ਦੇ ਦੋ ਆਂਕੜੇ ਲਾਓ। ਮੈਂ ਤੁਹਾਨੂੰ ਲਾਉਂਦਾ ਆਂਕੜੇ। ਅੱਛਾ ਸੋਹਣਿਆ, 6 ਫੇਰਿਆਂ ਦੇ ਪੈਸੇ ਵੀ ਨਾਲ ਨਿਕਲਦੇ। ਮੈਂ ਕੋਈ ਤੁਸੀਂ ਨੇਕੀ ਕੀਤੀ ਹੈ, ਤੁਹਾਡੀ ਮਿਹਰਬਾਨੀ। ਰੋਟੀ ਤੂੰ ਖਰਾਬ ਕੀਤੀ ਹੈ। ਆ ਮਰਚਾਂ ਦੇ ਵਿੱਚ ਖੰਡ ਤੇ ਫੁੱਫੜ ਪਾਉਂਦਾ ਹੈ। ਆ ਬਗੈਰਤਾ, ਆ ਤੈਨੂੰ ਕਮੀਜ਼ ਇਸਤਰੀ ਕਰਨੀ ਨਹੀਂ ਆਉਂਦੀ, ਤੂੰ ਦੇਗਾ ਪਕਾਉਂਦਾ ਲਿਆ। ਆ ਤੈਨੂੰ ਕੀ ਕੋਈ ਬੜੇ ਬੜੇ ਬੰਦਿਆਂ ਕੋਲੋਂ ਹੋ ਜਾਂਦੀ, ਫੇਰ ਕੀ ਹੋਇਆ? ਲੇਕਿਨ ਇਹ ਗਲਤ ਹੋਈ ਹੈ ਤੇਰੇ ਕੋਲੋਂ, ਇਹਦੀ ਤੈਨੂੰ ਸਜ਼ਾ ਮਿਲੇਗੀ। ਹਾਂ ਸਜ਼ਾ ਮਿਲੇਗੀ। ਓ ਕਈ ਕੁੱਤੇ ਵਾਂਗੂ ਭੌਂਕ 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 ਭੌਂਕ। ਨਹੀਂ ਓਡਾ ਦਾ ਨਾ ਬਣ, ਘਰੇਲੂ ਕੁੱਤਾ ਬਣ ਜਿਹੜਾ ਮੇਮਾ ਰੱਖਿਆ ਹੁੰਦਾ ਹੈ। ਇਹ ਖੁਸਰਿਆ ਰੱਖਾ ਹੁੰਦਾ, ਨਿਕਲ ਨਿਕਲ ਇਹ ਖੁਸਰਿਆ ਵਾਲਾ। ਉਹ ਤੁਹਾਨੂੰ ਪਤਾ ਜਿੱਥੇ ਤੁਸੀਂ ਵਾਜੇ ਵਜਾਏ ਨੇ ਉੱਥੇ ਫੌਤਗੀ ਹੋਈ ਹੋਈ ਆਈ। ਨਹੀਂ ਤੁਹਾਨੂੰ ਇਸ ਗੱਲ ਦਾ ਪਤਾ ਉਹ ਤੁਹਾਨੂੰ ਅੱਲਾ ਬੜਾ ਸਮਾਨ ਲੁਕਾ ਲੈਣਾ। ਤੁਹਾਡੀ ਮਿਹਰਬਾਨੀ। ਆ ਬਾਈ ਚੌਧਰੀ ਫੱਕੇ, ਚੰਗਾ ਭਲਾ ਚੌਧਰੀ ਹੈ, ਬਗੈਰਤ ਹੋ ਗਿਆ ਹੈ। ਚੌਧਰੀ ਸਾ ਚੰਗਾ ਸਾ, ਚੋਰੀਆਂ ਕਰਨਾ ਸਾ। ਹਾਂ ਆਪਣੀ ਵੱਲੋਂ ਵਾਜਾ ਸਿੱਖਿਆ ਕਿ ਦਿਹਾੜੀ ਲਾਵਾਂਗੇ। ਹਾਂ ਚੌਲ ਵੀ ਨਹੀਂ ਮਿਲਦੇ, ਕੀ ਫਾਇਦਾ? ਆਵਾਜ਼ਾਂ ਵੀ ਨਹੀਂ ਉੱਤੋਂ ਵੱਜਦਾ ਵੇ। ਭਲੇ ਸਿੱਖ ਤੂੰ ਟੂਟੀ ਨੂੰ ਤੇ ਤੈਨੂੰ ਮੂੰਹ ਹੀ ਨਹੀਂ ਲਾਉਣਾ ਹੁੰਦਾ। ਲੱਗਦਾ ਖੋਲ, ਮੂੰਹ ਸਾਰਾ ਖੋਲੀਦਾ ਹੈ। ਆ ਅੰਦਰ ਤਾਂ ਜਾ ਵਾਲਾ, ਖੋਲ ਖੋਲ ਮੂੰਹ ਖੋਲ। ਇਹ ਮਿੱਟ ਪੀ ਕੀ ਹੈ? ਚਲੋ ਜਾਓ ਫਿਰ, ਆਹ ਪਿਸਤੌਲ ਵੇਚ ਕੇ ਤੇ ਆ ਕੇ ਰਖਾ ਕੇ ਹੁੱਕਾ ਬਣਾ ਲਓ।
ਕੀ ਕਰੀਏ ਕੁਛ ਤਾਂ ਕੰਮ ਕਰੋ ਨਾ ਚੌਰੀ ਸਾਹਿਬ ਸੁਜਾ ਜਾ ਕਿਉਂ ਸੁਜਾ ਜਾ ਕੀ ਇਹ ਦੱਸ ਇਹ ਚੱਲਦੀ ਕਿਸ ਤਰ੍ਹਾਂ ਤੈਨੂੰ ਵੀ ਨਹੀਂ ਪਤਾ ਪੀ ਐਂ ਚੱਲਦੀ ਚੱਲ ਜਾ ਲੈ ਆ ਦੇ ਦੇ ਹੁਣ ਪਾ 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 ਦੇਖਿਆ ਤੇਰੇ ਦੁਸ਼ਮਣ ਬਿਰਜੂ ਸਾਹ ਓ ਚੋਈ ਸਾਹ ਮੈਂ ਬਿਮਾਰ ਹਾਂ ਓਏ ਮੇਰੇ ਗੁਰਦਿਆਂ ਦੀ ਪਾਣੀ ਹੈ ਚੋਈ ਸਾਹ ਅੱਛਾ ਜੀ ਮੇਰਾ ਪਾਣੀ ਕਢਾਓ ਓਏ ਬਿਰਜੂ ਸਿਆਣੇ ਆਉਂਦੇ ਨੇ ਜਿੱਥੇ ਪਾਣੀ ਖਲੋਤਾ ਹੋਵੇ ਉਹਨੂੰ ਟੋਰਨ ਵਾਸਤੇ ਪਿੱਛੋਂ ਹੋਰ ਪਾਣੀ ਛੱਡੋ ਜਿਵੇਂ ਤੂੰ ਕਹਿੰਦਾ ਮੈਂ ਤੈਨੂੰ ਟ੍ਰਿਪਾਂ ਲਾ ਦਿੰਦਾ ਟ੍ਰਿਪਾਂ ਲਵਾਉਣਾ ਤੈਨੂੰ ਪੈ ਜਾ ਸੀ ਸੋਚ ਠੀਕ ਹੈ ਚੌਧਰੀ ਸਾਹਿਬ ਤੁਹਾਡੀ ਬੜੀ ਮਿਹਰਬਾਨੀ ਹੁਕਮ ਕਰ ਓਏ ਮੇਰੇ ਨਿੱਕੇ ਨਿੱਕੇ ਮਾਂ ਪਿਓ ਨੇ ਹੁਕਮ ਕਰ ਕੀ ਚਾਹੀਦਾ ਹੈ ਚੌਧਰੀ ਸਾਹਿਬ ਨੂੰ ਖੈਰ ਪਾ ਦਿਓ ਖਾਦੂ ਮਰਾਸੀ ਤੁਹਾਡੇ ਦੁਆਰੇ ਆਇਆ ਕੀ ਚਾਹੀਦਾ ਹੈ ਮੈਨੂੰ ਲੈ ਕੇ ਦਿਓ ਨਵੀਂ ਮੋਟਰਸਾਈਕਲ ਹਾਲੀ ਤੈਨੂੰ ਮੈਂ ਹੈਲਮਟ ਲੈ ਕੇ ਦੇਸਾਂ ਫਿਰ ਤੈਨੂੰ ਮੈਂ ਹੈਂਡਲ ਲੈ ਕੇ ਦੇਸਾਂ ਫਿਰ ਮੈਂ ਤੈਨੂੰ ਸਟੀਅਰਿੰਗ ਲੈ ਫਿਰ ਤੈਨੂੰ ਮੈਂ ਸੁੱਤੇ ਪੈ ਨੂੰ ਕਿਸੇ ਵੇਲੇ ਸਲੰਸਰ ਦੇ ਜਾਤਾ ਸੁਬਾ ਉੱਠੀ ਹਵਾਵਾਂ ਟਾਈਟ ਕਰਾਵੇ ਤੇ ਕੰਮ ਤਾਂ ਨਿਕਲ ਜਾਵੇ ਜੋਈ ਸਾਹਿਬ ਟੈਂਸ਼ਨ ਦੇ ਪ੍ਰੋਬਲਮ ਹੈ ਇਹ ਮਰਾਸੀ ਚੰਗਾ ਭਲਾ ਤੂੰ ਆਇਆ ਐਵੇਂ ਵਾਜੇ ਵਾਲਾ ਬੜੇ ਬਲੂਕਾਰੀ ਕੇਸਟ ਕਰ ਲੈ ਕੇਸਟ ਗਾਣੇ ਗਾ ਨਸੀਬੋ ਦਾ ਫੁੱਫੜ ਬਣ ਜਾ ਜੋਈ ਸਾਹਿਬ ਕਿਹੜੇ ਗਾਣੇ ਆ ਰਹੇ ਨੇ ਮੈਨੂੰ ਨਫ਼ਰਤ ਦੇ ਗਾਣੇ ਤੋਂ ਪੱਕ ਤਨੀ ਦੋ ਇਹ ਕੀ ਗਾਣੇ ਹੈ ਕਮੀਜ਼ ਤੇਰੀ ਕਾਲੀ ਕਦੀ ਲਾੜੀ ਕਦੀ ਪਾਲੀ ਹਾਂ ਇਹ ਕੀ ਗਾਣਾ ਹੈ ਕੀ ਗਾਣਾ ਓਏ ਚੱਪੀ ਕੁੱਟ ਕੇ ਤੂੰ ਪਾਵੇਂ ਕਵਾਰ ਗੁਜਰਾ ਬੰਦਾ ਪੁੱਛੇ ਬਾਕੀ ਦੀ ਕੌਮਾਂ ਢਿੱਲੀਆਂ ਨੇ ਦੱਸੋ ਦੱਸੋ ਬਾਏ 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 ਆਪਰੇ ਬਣਾਓ ਗਾਣੇ ਇਹ ਸੈਕਸੀ ਲੇਡੀ ਡਾਂਸ ਡਾਂ ਇਹ ਗਾਣੇ ਬਣਾਓ ਇਹ ਕਿਹੜੇ ਗਾਣੇ ਹੈ ਜੀ ਕੁੜਤੀ ਵੀ ਗਿੱਲੀ ਗਿੱਲੀ ਲਾਚਾ ਵੀ ਗਿੱਲਾ ਗਿੱਲਾ ਤੇਰੀ ਮਾਂ ਬੰਦਾ ਲੱਭਿਆ ਉਹ ਵੀ ਢਿੱਲਾ ਢਿੱਲਾ ਇਹ ਗਾਣੇ ਹੈ ਨੇ ਇਹ ਉੱਥੇ ਹੀ ਬਣਨੀ ਸੀ ਸ਼ਟ ਅਪ ਸਟੂਪਿਡ ਪਿਕ ਪਿਕ ਇਹ ਤੇਰਾ ਆਖਰੀ ਫੈਸਲਾ ਹਾਏ ਹਾਏ ਇੱਕ ਦਿਨ ਮੈਂ ਸਮਝਾ ਕੇ ਤੰਗ ਆ ਗਈ ਹਾਂ ਪਤਾ ਨਹੀਂ ਕਿਉਂ ਨਹੀਂ ਸਮਝਦੀ ਬਾਬੀ ਇਹ ਮੇਰਾ ਘਰ ਨਾ ਦਾ ਵਸਿਆ ਤੇ ਵਸਨ ਮੈਂ ਤੇਰਾ ਵੀ ਨਹੀਂ ਲੈਣਾ ਇਹ ਮੇਰੀ ਗੱਲ ਸੁਣੀ ਤੁਮੀ ਮੈਂ ਗੱਲ ਕਰੀ ਮੈਂ ਤੈਨੂੰ ਕਿਉਂ ਨਹੀਂ ਦਵਾ ਸਮਝਾ ਕੇ ਠੀਕ ਹੈ ਤੂੰ ਮੇਰੇ ਭਰਾ ਨੂੰ ਨਹੀਂ ਸਭ ਸਮਝ ਉਹਨੇ ਵਿਆਹ ਕੀਤੀ ਹੋਰ ਗੱਲ ਕਿਉਂ ਜੈਲਸੀ ਕਰਨੀ ਹੈ ਬਾਬੀ ਉਹਨੇ ਵਾਅਦੇ ਤੇ ਮੀਨਾ ਕੀਤੇ ਸੀ ਕਿਹੜੇ ਵਾਅਦੇ ਤੇ ਇੰਨਾ ਕੀਤਾ ਸੀ ਨਹੀਂ ਕਿ ਮੈਂ ਤੇਰੇ ਨਾਲ ਸ਼ਾਦੀ ਕਰਾਂਗਾ ਵੀ ਤਮੀਨਾ ਮੇਰੇ ਭਰਾ ਨੇ ਕੋਈ ਵਾਅਦਾ ਨਹੀਂ ਕੀਤਾ ਜੋ ਵੀ ਜਮੀਨ ਨਹੀਂ ਹੈ ਦੁਨੀਆ ਦੇ ਅੰਦੇ ਸਾਰੇ ਮੁੰਡੇ ਨੇ ਜਾ ਕਿਸੇ ਹੋਰ ਨਾਲ ਮੈਨੂੰ ਉਹੀ ਪਸੰਦ ਸੀ ਇਹ ਤਮੀਨਾ ਤੋਂ ਆਪਣੇ ਆਪ ਨੂੰ ਕੀ ਨਹੀਂ ਤੇਰਾ ਸਤਿਆਨਾਸ ਕੀ ਠਾਕਰ ਤੂੰ ਠਹਿਰ ਇੱਕ ਮਿੰਟ ਹਾਂ ਕੀ ਇਹ ਕਿਹੜੀ ਲੜਾਈ ਜਿੰਦੇ ਚ ਮਾਵਾ ਭੈਣਾਂ ਦੀਆਂ ਗੰਦੀਆਂ ਗਾਲੀ ਕੋਈ ਨਹੀਂ ਲੜਨੀ ਕਿ ਕੋਈ ਤਮੀਨ ਨਾਲ ਗੱਲ ਕਰ ਤਮੀਨ ਨਾਲ ਗੱਲ ਕਰ ਇਹ ਜੀ ਉਹ ਤੂੰ ਮੈਂ ਤੈਨੂੰ ਜਾਣਨਾ ਬੜਾ ਚੰਗੀ ਤਰ੍ਹਾਂ ਨਾਲ ਮੈਂ ਤੈਨੂੰ ਦੱਸਾਂ ਤੂੰ ਮੇਰੀ ਨੰਦ ਨੂੰ ਅੱਜ ਲਾਤਾ ਤੂੰ ਆਪਣੇ ਆਪ ਨੂੰ ਸਮਝ ਨਾ ਕੀ ਉਹ ਬਸ ਕਰ ਕੀ ਤਾਂ ਹੈ ਕੀ ਤਾਂ ਮੇਰੀ ਬਲਦਾਰ ਇੱਕ ਮਿੰਟ ਮੈਂ ਤੇਰੇ ਵਾਸਤੇ ਲੜ ਰਿਹਾ ਇਲ ਜੇ ਬਗੈਰ ਤਾਂ ਮੈਂ ਤੂੰ ਮੇਰੀ ਨੰਦ ਨੂੰ ਹੱਥ ਲਾ ਦਿੱਤਾ ਨਾ ਮੁਰਾਦਾ ਮੈਂ ਤੈਨੂੰ ਬੜਾ ਚੰਗੀ ਤਰ੍ਹਾਂ ਜਾਣਨਾ ਫੱਫੇ ਕੁੱਟਣੀਆਂ ਕਮੇਟੀਆਂ ਖਾਣੀਆਂ ਮੈਂ ਤੈਨੂੰ ਵੀ ਜਾਣਨੀ ਆ ਮੈਂ ਤੈਨੂੰ ਵੀ ਆਪਰੇਸ਼ਨ ਹੋਵੇ ਨਾ ਮੁਰਾਦਾ ਤੇਰੇ 6 ਐਡੇ ਐਡੇ ਹੋਣ ਜਾ ਜੋ ਮਰਜ਼ੀ ਕਰ ਲਾ ਵੇ ਤੇਰਾ ਸਤਿਆਨਾਸ ਤੂੰ ਮੇਰੀ ਭਰਜਾਈ ਨਾਲ ਲੈਣੀ ਜਾਣੇ ਵੇ ਅੰਤਰੀ ਦਿਆ ਮੈਂ ਤੈਨੂੰ ਜਾਣਨੀ ਆ ਮੈਂ ਤੈਨੂੰ ਜਾਣ ਤੇਰੀ ਭੈਣ ਨਾਈਆਂ ਦੇ ਮੁੰਡੇ ਨਾਲ ਬੱਸੀ ਸੀ ਤੇ ਤੇਰੀ ਭੈਣ ਨਾਈਆਂ ਦਾ ਉਸ ਤਰ੍ਹਾਂ ਨਾਲ ਓ ਓ ਓ ਓ ਓ ਕੀ ਓ ਕੀ ਓ ਕੀ ਤੇਰੀ ਪੁੱਪੀ ਦੀ ਧੀ ਵੇ ਤੇਰੀ ਪੁੱਪੀ ਦੀ ਧੀ ਕਮਿਆਰਾਂ ਦੇ ਮੁੰਡੇ ਨਾਲ ਤੇ ਤੇਰੀ ਪੁੱਪੀ ਦੀ ਧੀ ਕਮਿਆਰਾਂ ਦਾ ਖੋਤਲ ਹੋ ਜਾਂਦੀ ਪਈ ਓ ਓ ਓ ਓ ਕੀ ਓ ਕੀ ਓ ਕੀ ਓ ਕੀ ਓ ਕੀ ਓ ਕੀ ਤੇਰੀ ਹਾਲਾ ਦੀ ਧੀ ਨਾਮ ਰਾਦਾ ਸ਼ਹਿਰ ਦੇ ਮੁੰਡੇ ਨਾਲ ਉਹਨੇ ਦੇਣਾ ਕੀ ਕੰਜੂਸ ਓ ਓ ਓ ਚੱਲ ਚੱਲ ਮਾਮਾ ਵੇਖ ਮੈਂ ਜਾਣਨੀ ਆ ਤੇਰੀ ਮਾਂ ਮੋਟਰਸਾਈਕਲ ਤੇ ਬੈਠ ਕੇ ਅਮਰੂਦ ਫੜਦੀ ਏ ਤੇ ਮੈਂ ਤੇਰੀ ਮਾਂ ਨੂੰ ਵੀ ਜਾਣਦਾ ਮੋਟਰਸਾਈਕਲ ਤੇ ਬੈਠ ਕੇ ਨਾਲ ਦਾ ਕੋ ਕੇਲਾ ਫੱਤੀ ਓ ਓ ਓ ਓ ਓ ਓ ਫਰੂਟ ਕਿਉਂ ਬਦਲਦੀ ਏ ਓ ਚੱਲ ਤਮੀਜ਼ ਨਾਲ ਨਾ ਮੁਰਾਦ ਤੇਰੀ ਭੈਣ ਐ ਤੋਤੇ ਓ ਤੋਤੇ ਓ ਤੋਤੇ ਓ ਤੇ ਸੱਟਾ ਲਿਆ ਜਾ ਤੇਰੀ ਭੈਣ ਐ ਤੂੰ ਓ ਤੂੰ ਓ ਤੇ ਮਾਂ ਦੇ ਖੂ ਤੇ ਪੰਜੀਆਂ ਆਲਿਆ ਜਾ ਜਾ ਨਾ ਦੇਖੋ ਮੈਂ ਮੇਰਾ ਸਿਰ ਨਾ ਖਾਓ ਕੀ ਤੂੰ ਆਪਣੇ ਆਪ ਨੂੰ ਸਮਝਣਾ ਹਾਂ ਕੀ ਸਮਝਣਾ ਕੀ ਸਮਝਣਾ ਤੂੰ ਵੀ ਬੋਲ ਠਾਕਰ ਤੂੰ ਮਰ ਵੀ ਪਰੇ ਮਗਰ ਲੱਤ ਜਾ ਕੇ ਤੂੰ ਕਿ ਮੇਰੀ ਬਣਾਈ ਨਾ ਜਿਹੜੀ ਨਾ ਮਰ ਜਾਣਾ ਉਹਨੂੰ ਨਜ਼ਰ ਨਾ ਕੀ ਬੋਲ ਕੀ ਨਾ ਸੁਣ ਕਰੋ ਓਏ ਹੌਲੀ ਤਾਂ ਸੱਟ ਬਤਕ ਦੀ ਫੁੱਫੀ ਕੀ ਅੱਜ ਨਵੀਂ ਆ ਗਈ ਏ ਇਹਦਾ ਸੱਤਿਆ ਨਾ ਸਾਧਰ ਇਹਨੂੰ ਚੈੱਕ ਤਾਂ ਕਰੋ ਚੈਨਲ ਵਾਲਿਆਂ ਦਾ ਮਾਲ ਤਾਂ ਨਹੀਂ ਯਕੀਨ ਕਰੋ ਕੀ ਆਓ ਮੇਰੇ ਨਾਲ ਕਿੱਥੇ ਆਓ ਬਾਹਰ ਜਾਂਦੇ ਆ ਜਿੱਥੇ ਕੋਈ ਮਜ਼ੇਦਾਰ ਜਗ੍ਹਾ ਹੋਗੀ ਖਾਲੀ
ਉੱਥੇ VCR ਲਾਵਾਂਗੇ, ਫਿਲਮ ਲਾਵਾਂਗੇ, ਵੈਸ਼ੀ ਰਾਜਪੂਤ ਜਿਵੇਂ ਜਿਵੇਂ ਖੂਨ ਕਰਾਂਗੇ, ਬਸ ਆਓ ਤਾਂ ਸਹੀ ਆਓ। ਇਹ ਗੱਲ ਮੈਨੂੰ ਲੱਗ ਰਿਹਾ ਗੱਲ ਸਹੀ ਕਰੇਗਾ, ਚਲਾ ਆਇਆ ਸਾਰੀ ਗੱਲ ਸੇਮ ਚ ਬੈਠ ਗਿਆ ਤੇ ਭਾਬੀ ਜਾਂਦਾ। ਬਾਪਾ ਮਾਰ ਮੇਰਾ ਪਿੱਛਾ ਕਿਉਂ ਨਹੀਂ ਛੱਡ ਰਿਹਾ? ਤੇਰਾ ਪਿੱਛਾ ਕਿਵੇਂ ਛੱਡਾਂ ਮੈਂ? ਸਾਡੇ ਨਸੀਬਾਂ 'ਚ ਇਹੋ ਜਿਹੀਆਂ ਸੋਹਣੀਆਂ ਔਰਤਾਂ ਕਦੋਂ ਨੇ? ਸਾਡੀਆਂ ਬੁੱਢੀਆਂ ਤੇ ਪੀਲੀਆਂ ਅੱਖਾਂ ਖੱਟੇ ਦੰਦ ਵਾ ਕਿੱਥੇ ਚੱਲਿਆਂ? ਉਹ ਖਾਮਨ ਨੂੰ ਆਪਰੇਸ਼ਨ ਵਾਲਾ ਢਿੱਡ ਵਿਖਾ ਕੇ ਉਹਦੀ ਮੱਤ ਮਾਰ ਦਿੰਦੀਆਂ। ਹੈਲੋ ਐਕਸਕਿਊਜ਼ ਮੀ। ਜੀ ਕਿੱਥੇ ਪਿਆ ਮੀ? ਨਾ ਤੇ ਤੁਸੀਂ ਆਪਣਾ ਦੱਸੇ ਨਹੀਂ ਮੈਨੂੰ, ਕੀ ਨਾਮ ਹੈ ਤੁਹਾਡਾ? ਜੀ ਮੇਰਾ ਨਾਮ ਹੈ ਬਿਜਲੀ। ਆ ਤੁਹਾਡਾ ਨਾਮ ਬਿਜਲੀ? ਬਿਜਲੀ ਮੇਰਾ ਜਾਨੋ ਕਿਤੇ ਹੀ? ਕਿਹੜਾ? ਮੇਰਾ ਸ਼ੀਵਾ ਕਿਤੇ ਹੀ? ਉਹ ਦਫਾ ਕਰਾ ਉਹਨੂੰ ਉੱਤੇ। ਖਾਨਾ ਖਰਾਬ ਨਹੀਂ ਬੱਚੀਆਂ। ਸਲਾਮ ਅਲੈਕੁਮ। ਸ਼ੀਵਾ ਕਿਤੇ ਚਲਾ ਗਿਆ ਜੀ? ਓਏ ਪੈਨਸਰੇ ਦੇ ਕੁਆਲਾ, ਇਹ ਤੂੰ ਮੇਰੇ ਬਾਅਦ ਮੇਰੀ ਜਨਾਨੀ ਦਾ, ਮਗਰ ਤੇਰੇ ਘਰ ਮਾਂ ਭੈਣ ਕੋਈ ਨਹੀਂ ਹੈਗੀ ਹੈ? ਪਰ ਇਹੋ ਜੀ ਕੋਈ ਨਹੀਂ, ਇਹੋ ਜੀ ਤਾਂ ਮੇਰੇ ਘਰ ਵੀ ਕੋਈ ਨਹੀਂ। ਤੇ ਫਿਰ ਕਿਉਂ ਲਈ ਫਿਰਨੇ? ਇਹ ਹੋਰ ਅੱਧਾ ਘੰਟਾ, ਉਸ ਤੋਂ ਬਾਅਦ ਇਹਨੇ ਮੈਨੂੰ ਕਹਿਣਾ ਵੀਰਾ ਪਾਣੀ ਤੇ ਫਦਾ। ਉਹ ਹੁਸਨ ਤੇ ਵੇਖ ਮਰੇ, ਇਹਨਾਂ ਦੀ ਮੌਜ ਲੱਗੀ ਹੈ ਹੁਸਨ ਨੇ। ਹਾਂ ਪ੍ਰੋਡਿਊਸਰ ਵੀ ਮਜ਼ਾ ਲੈਂਦੇ ਨੇ, ਇਹ ਕਹਿੰਦੇ ਨੇ ਗਲਾ ਖਰਾਬ। ਓਏ ਭੱਜੋ ਦੁੱਧ ਲੈ ਆਓ, ਸਹੀ ਜੂਸ ਲੈ ਆਓ। ਮੈਂ ਵੀ ਇੱਕ ਵਾਰੀ ਕਿਹਾ, ਮੈਂ ਕਿਹਾ ਜਨਾਬ ਮੇਰੀ ਤਬੀਅਤ ਖਰਾਬ ਹੈ, ਕਹਿੰਦੇ ਤੈਨੂੰ ਡਾਂਗਾਂ ਪੈਣ ਵਾਲੀਆਂ ਹੋਈਆਂ ਨੇ। ਮੈਂ ਕੀ ਕਰ ਬੈਠਾ ਵੀ ਬਈ, ਪੈਣੀ ਸਹੀ ਗੱਲ ਹੈ ਤੇਰੀ। ਹੈਲੋ ਮਦਦਾਰੀ, ਅਮੀਰ ਲੋਕ ਨੇ ਹਰ ਜਗ੍ਹਾ ਤੇ ਏਸੀ, ਕਮਰਾ ਏਸੀ, ਗੱਡੀ ਏਸੀ, ਜਿੱਥੇ ਜਾਣਾ ਉਹ ਵੀ ਏਸੀ। ਡਰਾਮਾ, ਅਸੀਂ ਗਰੀਬ ਆ, ਸਾਡੇ ਘਰ ਇੱਕ ਪੱਖਾ ਘੁੰਮਣ ਵਾਲਾ, ਅੱਗੇ 13 ਮੰਜੀਆਂ ਡੱਠੀਆਂ ਹੁੰਦੀਆਂ। ਇੱਕ ਬੰਦਾ ਮਿਸ ਕਾਲ ਮਾਰੇ, ਸਾਰਿਆਂ ਨੂੰ ਹਲਕੇ ਹਲਕੇ ਮੈਸੇਜ ਪਹੁੰਚਦੇ। ਔਰ ਪੱਖਾ ਵੀ ਉਹ ਜਿਹੜਾ ਰਾਤੀ 7 ਵਜੇ ਇੱਥੇ ਹੁੰਦਾ, ਸਵੇਰੇ ਇੱਥੇ ਹੋਇਆ ਹੁੰਦਾ। ਸਹੀ ਗੱਲ, ਖੜੋਂਦਾ ਇਹੋ ਜੀ ਸੋਹਣੀ ਬੀਵੀ ਹੋਵੇ, ਮੁੰਡੇ 4 ਵਜੇ ਦੁਕਾਨ ਬੰਦ ਕਰਕੇ ਘਰ ਚਲ ਜਾਂਦੇ। ਅੱਬੇ ਨੇ ਸਖਤੀ ਕੀਤੀ ਹੈ। ਜਿਹਦੀ ਬੀਵੀ ਇਹੋ ਜਿਹੀ ਹੋਵੇ, ਉਹ ਰਾਤ ਦੇ 4 ਵਜੇ ਵੀ ਹੋਟਲ ਤੇ ਬਹਿ ਕੇ ਦੋਸਤਾਂ ਨੂੰ ਕਹਿੰਦਾ, ਉਹ ਬਹੁ ਅਜੇ ਕਿਹੜਾ ਦਿਨ ਚੜ ਗਿਆ, ਘਰ ਜਾ ਕੇ। ਅਨਪੜ੍ਹ ਬੁੜੀਆਂ ਨੇ ਨਾ ਮੇਰੇ ਕੋਲ, ਚਲੋ ਮੈਂ 4 ਪੈਸੇ ਆਏ, ਮੈਂ ਕਿਹਾ ਵੀ ਆਪਣੀ ਜਨਾਨੀ ਨੂੰ ਮੈਂ ਇੰਜੋਇਮੈਂਟ ਕਰਾਉਣਾ। ਅੱਛਾ, ਮੈਂ ਸੋਚਿਆ ਨੂੰ ਮੈਂ KFC ਤੇ ਲੈ ਜਾਵਾਂ। ਅੱਛਾ, ਮੈਂ ਉਹਨੂੰ ਕਿਹਾ ਜਨਾਨੀ ਏ ਚੱਲ ਤੈਨੂੰ KFC ਤੇ ਲੈ ਚੱਲਾਂ। ਅੱਗੋਂ ਮੈਨੂੰ ਆਉਂਦੀ ਹੈ ਕਿ ਉਹ ਕਿਸੇ ਬੱਸ ਦਾ ਨਾਂ ਹੈ। ਔਰ ਮੈਂ ਕਿਹਾ ਉੱਥੋਂ ਲੰਗਰ ਲੱਭਦੇ, ਰੋਟੀ ਲੱਭ। ਸੱਚੀ ਪੁੱਚੀ ਮੈਂ ਝੂਠ ਨਹੀਂ ਬੋਲਦਾ। ਮੈਂ ਕਿਹਾ ਵੀ ਉੱਥੋਂ ਜਨਾਨੀਆਂ ਅੱਡੀ ਵਾਲੀ ਜੁੱਤੀ ਪਾਉਂਦੀਆਂ, ਤੂੰ ਵੀ ਪਾ ਲਾ। ਉਹ ਗਈ ਤੇ ਪੌੜੀਆਂ 'ਚ ਡਿੱਗ ਪਈ, ਉੱਥੇ ਹੀ ਸਾਰਾ ਬਰਗਰ ਰੋੜ ਗਿਆ ਤੇ ਉੱਥੇ ਹੀ ਸਾਰੀ ਚਟਣੀ। ਸਹੀ ਗੱਲ, ਸਾਡੀਆਂ ਬੁੱਢੀਆਂ ਸਿੱਧੀਆਂ। ਅੱਲਾ ਦੀ ਕਸਮ, ਸੱਚੀ ਗੱਲ ਹੈ, ਮੇਰੀ ਬੁੱਢੀ ਨੇ ਇੱਕ ਦਿਨ ਵਾਲ ਵਾਹੁਣ ਲਈ, ਆਹੋ ਦੱਸੋ ਠੀਕ ਹੈ, ਆਹੋ ਠੀਕ ਜੀ, ਤੇ ਐਨੇ ਵਾਲ ਆ, ਜਾਈ ਦੀ ਵਾਰੀ ਆਈ ਤੇ ਕਲਪਿਆ ਉਹਦੀ ਕੰਗੀ 'ਚ ਇੰਨੇ ਵਾਲ ਆ ਗਏ। ਮੈਂ ਕਿਹਾ ਤੇਰੇ ਵਾਲ ਡੇਕਦੇ ਨੇ, ਸ਼ੈਂਪੂ ਚੇਂਜ ਕਰ ਲੈ। ਕਹਿੰਦੇ ਨਹੀਂ ਇਹ ਬਿਮਾਰੀ ਨਹੀਂ ਹੈਗੀ, ਜਦੋਂ ਬੱਚਾ ਦੁੱਧ ਪੀਂਦਾ ਨਾ ਮਾਂ ਦੇ ਵਾਲ ਡੇਕਦੇ ਨੇ। ਮੈਂ ਕਿਹਾ ਅਗਰ ਬੱਚੇ ਦੇ ਦੁੱਧ ਪੀਣ ਨਾਲ ਮਾਂ ਦੇ ਵਾਲ ਡਿੱਗਦੇ, ਜਿੰਨਾ ਕੱਟਾ ਪੀਂਦਾ ਮੱਝ ਦੀ ਤੇ ਪੂਛਲ ਝੜ ਜਾਏ। ਆ ਉਹਦੀ ਤੇ ਦੂਜੇ ਦਿਨ ਧਣ ਨਹੀਂ ਡਿੱਗੀ। ਇਹ ਸਾਰੀ ਤਲੀਮ ਦੀ ਕਮੀ ਹੁਣ ਦੇ, ਇਹ ਸੁੱਤੀਆਂ ਹੋਵਣ ਤੇ ਹੋਰ ਇੰਜੋਇਮੈਂਟ ਹੈ। ਆ ਜੀ ਕੀ ਸਾਡੀਆਂ ਸੁੱਤੀਆਂ ਹੋਵਣ ਤੇ ਹੋਰ ਫੌਜਗੀ ਸਿਸਟਮ ਹੈ। ਗੱਲ ਨਹੀਂ ਸਮਝਦੇ, ਉਹ ਸੌਂਦੀਆਂ ਹੀ ਇੰਨੇ, ਦਿਲ ਕਰੇ ਆਪਣਾ ਹੀ ਬੱਚਾ ਨਾਲ ਸੁੱਤਾ ਪਿਆ ਮਾਰ ਦੇਵੇ। ਕਿਵੇਂ ਸੌਂਦੀਆਂ ਨੇ? ਧੋਤੀ ਨੂੰ ਤੇ ਗੰਢ ਦੇ ਲੈ, ਜਦੋਂ ਸੁੱਤੀ ਹੈ ਤੇ ਗੰਢ ਕਾਦੀ। ਸੌਂਦੀਆਂ ਦਿਲ ਕਰਦਾ ਬੰਦਾ ਫੋਟੋ ਚੱਕ ਲਵੇ। ਕਹਿ ਜ਼ਰਾ ਆਪਣਾ ਮੈਂ ਵਸ਼ ਅਜੇ ਨਾ ਉੱਠੀ, ਮੈਂ ਵਸ਼ ਇੱਕ ਬੰਦਾ ਰਹਿ ਗਿਆ ਜੀ। ਬਗੈਰਤ ਆਦਮੀ ਮੈਂ ਵਸ਼ ਠੀਕ, ਮੈਂ ਵਸ਼ ਔਰਤ ਦਾ ਨਾਂ ਮੈਂ ਵਸ਼, ਲੱਕੀ ਰਾਨੀ ਵਾਲਾ ਖੁਸ਼ ਰਾ ਨਹੀਂ, ਮੈਂ ਵਸ਼ ਚੱਲ ਕਹਿ ਮੈਂ ਵਸ਼ ਆਰਡਰ ਲਾ ਕੀ ਕਰਾਂ, ਮੈਨੂੰ ਸੱਦ ਲਿਆ ਤੇ ਖੋਖਾ ਪਾ ਦੇ। ਤੈਨੂੰ ਕਹਿ ਰਿਹਾ ਕਹਿ ਮੈਂ ਵਸ਼ ਉੱਠ, ਮੈਂ ਵਸ਼ ਉੱਠ ਜੀ ਮੰਮਾ। ਬੰਦਾ ਪੁੱਛਿਆ ਤੂੰ ਉੱਠਦੀ ਸਪਰੇਅ ਕਰਨ ਲੱਗ ਪਈ ਹੈ। ਸਹੀ
अरबी ना शादी की अरबी बोली जाती खबरदार अरबियों का नाम नहीं लेना बड़ा गुस्सा है मैनू उन्होंने और मेरी खाला उठे गई तीन महीने बाद लाश आई मथे ते जतून दे तेल ना लिखे आसी अब और भेजोगे मेरी गल सुनो हाँ जी तुसी अंदर किसे नु मिले हो के नहीं मिले मिल ले जानो असी चलिए तो और चलिए बस भाग जाइए नहीं जेड़े काम आया तो हाली कीता ही नहीं हो रहा चल लो चल चल तू अपनी जनानी को चल चल जा तू को चंगड़ी दे घेर जा तू ही अपनी को ले जा ए मुंडा क्यों वलीमा नहीं करन देंदा की होया एनु है जल्दी फड़ ले इसनु मलाना डार ले खराब कर मच्छी लिया के रखी है मेरा ख्याल है खा के मिल लीए नहीं तो मिल के खा लीए की खप पाई है की रौला पाया तू बड़ा हार पाया तेरी कुर्बानी है पूछ अपने ढिड दी जमी नू शादी कर ली नी मरना ही शादी कर ली तेरी फूफी ने आओ डेर नहीं लगा बच्चे की कब्र से दुआ कर रहे मेरी गल सुनो असी कोई जुर्म नहीं किया व्याह किया तो बाद तुसी जुर्म करना मैनु ये दसो के साड़ी सुहाग रात किथे होएगी कसाफी स्टेडियम और कोई जगह नहीं लगी बंदा इकट्ठा होकर नाल एसन चला गया कैमरा लेके तस्वीरें लाएगा तुम्हारी उन्हें सारियां तस्वीरें लाइया साड़ी शकील बनाएगा तुम्हारी वीडियो उठे जाके सुहाग रात दी पर तुम्हारी कादी सुहाग रात तुहानू दौड़ भज के दिन चढ़ जाना मेरी गल सुनो दौड़ भज मजाक करी जा रहे हो और साडे कमरे च कोई फल फ्रूट भी रखे के नहीं बड़ा पिया अशर मुंह खोल के बैठा मैं बेलचे नाल सुट्टी जाना बेच तंबू रख नक डार्लिंग आई एम हीरो बड़ी हो गई।
जाओ मेरी दुआ थोड़े नाल ने जिस तरह तुम हो ना साल बाद घर संडा ही होना है लम्मी पूछ वाला संडे का बंडा शर्म तो नहीं आई तेरी बहन नो है तेरे ब्राह्मण आई शर्म की वो तो मासूम है बंद कर देना तेरे तुम ही इधर रहा कर लेना मैं क्या मैं जानती नहीं तुम्हें अच्छा जानती हूँ तेरे बस कर देना इधर हो जा जरा मेरे पागल है मारे का हट नहीं यार की करेगी इधर हो है इधर करेगा है तेरी लात पड़ती थी बाजी है घर तो जाए तेरा तेरा कख ना रवे तेरा ही पेड़ा गल कोना ही तेरे कीड़े नु कीड़े पड़े ने तू ही मर गई प्यो नु बदवा दे रही है इथे बदवा देंदी है ओथे कहंदी वे तेरा भला होवे वे जवानियां वाले किथे होवे तू असन ने तू सानू देखदा त नहीं रहंदा जवान औलाद दे सामने लड़दी है की लड़ रही है बच्चा नाल तेरी भैन ने जोकर तू कीती है ए चंगा कीता सू ओ प्यार मोबाइल नाल रहंदा हुंदा बेवकूफे क्यों चल आ जरा पक्का चला चल पर मर जा के ना मुरादा है मेरे गुस्सा चढ़िया कि हजे गल्ला करन दिया चल मैं तेरे दंद भन्न ना फड़ के आ कुछ नहीं होंदा जा पर मर जा के मर जा जोगिया इन्ने चेर पिछो ओ भी मैं ही पक्का चलावा आज जरा स्पीड तेज ही रखी अब बेवकूफे दिल बुढ़े नहीं होने चाहिए याद है जब तेरी मेरी सुहागरात सी आगे थी यार अब मैं उंजी में खेया की मतलब है तेरे भरा शादी हो गई मेरा नहीं हो गया ब्याह तू ही कर ले ना अच्छा ब्याह हो गया तो बच्चे कितने चाहिए 100 पैदा करने ने 100 100 बच्चा हां जी लाओ पर भराओ आज घर कोई ना जाए अभी मेरे भरा जंज नाल आउणगे तो 100 बच्चा होना ही नहीं तो मेरी सेहत वे मेरे को तो मलप नहीं होना की मतलब तेरा है 100 बच्चा ओ बीबी 100 बच्चा जमना लिखना नहीं तू तो चाहनी है भी तू तारा ते टंगी रहे मैं 2 बच्चे ले आ रहा अच्छा मैं बड़ा दुखी बंदा जी क्यों मैं जेड़ा भी काम करना मैं बिस्त ना तू बिस्त क्यों होंदे ओ मैं नोट छापने वाली ना मशीन लाई अच्छा मैं फड़े आ गया फिर मैनू पता ही नहीं लगा मैं 1500 वाला नोट बना बैठा वो नोट लेके मैं शेख साहब की दुकान तक गया मैं जी भान दे मैनू 750 दे दो देते मैं जेड़ा भी काम करना मैं बेइज्जती होना क्यों मैं गल सुन हां ब्याह मैं करा लन्ना ते बच्चियां च कोई लेस कर ना बाबा ना नहीं है कभी भी नहीं हो सकता 100 बच्चे किवें होने भाई जी देखो कितों तू ते इहदे विचों होना ਮੈਨੂੰ ਪਹਿਲਾਂ ਦੱਸ ਅੱਜ ਤੇਰਾ ਪੁੱਤਰ ਵੀ ਆਇਆ ਲੈ ਹੁਣ ਆਪਣਾ ਬਚਾ ਕਰ ਕਾਲਿਆਂ ਕੰਨਾਂ ਵਾਲਿਆ ਆ ਇਹਦੀਆਂ ਗੱਲਾਂ ਚ ਨਹੀਂ ਆਉਣਾ ਕਿਉਂ ਇਹ ਚਾਹੁੰਦਾ ਤੂੰ ਮੇਰੇ ਨਾਲ ਲੜ ਕੇ ਮੈਨੂੰ ਛੱਡ ਕੇ ਚਲੀ ਜਾਏ ਫਿਰ ਮੇਰਾ ਵਿਆਹ ਇਹਦਾ ਹੱਲ ਹੋ ਜਾਏ ਹੋਰ ਕੋਈ ਮੇਰੇ ਲਾਇਕ ਮੈਂ ਬੜਾ ਦੁਖੀ ਬੰਦਾ ਜੀ ਕਿਉਂ ਮੈਂ ਗੁਰਬਤ ਨਹੀਂ ਸੀ ਜਾ ਰਹੀ ਮੈਂ ਕਿਹਾ ਕਮੇਟੀਆਂ ਪਾਓ ਮੈਂ ਕਮੇਟੀ ਪਾਈ ਨਸੀਬ ਫਿਰ ਮਾੜੇ ਹੀ ਨਿਕਲੇ ਐਤਵਾਰ ਨੂੰ ਕਮੇਟੀ ਨਿਕਲਣੀ ਸੀ ਹਫ਼ਤੇ ਨੂੰ ਉਹ ਮਾਈ ਨਿਕਲ ਗਈ ਜਿਹਦੇ ਕੋਲ ਮਾਈ ਉਹ ਮਾਈ ਦਾ ਇੱਕ ਮੁੰਡਾ ਵੀ ਹੈਗਾ ਜੀ ਕਿੱਥੇ ਓਏ
आजा ए मेरा निका मुंडा ए पैदा नहीं सी होना ओ मेरी बीवी जेड़ी चौंक ची सुती रही मैं बड़ा दुखी बंदा जी मैं नेकी भी करना फिर बिस्ती हूं ना अच्छा ओ साइकिल ते चिड़िया नहीं लाके फिरदे आहो मैं कभी चिड़िया रात कराओ नेकी दा काम बाकी मैं उनू कहता के 12 चिड़िया मेरे नाल दी छत्ती ओने छत्तीया मेरे कोल 10 दे पैसे निकले फिर शाम तक दो चिड़िया ओनू मैं फड़ के दितीया खंग दा ते पता कोई नहीं बाबा चुप कर गया ओ नहीं बोलिया अच्छा मैं बड़ा बुलाया की फैसला मैं सो ही लेना बच्चा वाह गुड़िया तू तो चाहनी है मेरी शहादत तो हो जाए और सौ बच्चा को लैस कर तेरी मेरे पास नहीं जी बाबा मैं नहीं लैस कर दी और मैं रोज दा आने वाला को पैसे कटा के पुत्र को सिफारिश पवावा तू नहीं इंज मुड़ना हेलो हाँ जी हीरा मंडी अकाला जी हूं तुहाडा मुंडा चोपी कर गया हां जी डांस आउंदा ही नहीं बात पहले तेन सुना भरावा गाना मैं पता तू अज घरों नहीं सुन के आया गाना जरा सुनाने जरा शहर निकल लीए शहर निकल ली तेन गाना सुना देना ले कुड़िए डांस करके वहा ठीक है मैं चेक करा जे तेन सही डांस आऊंगा फिर विआह होना ठीक है वन टू थ्रू एक दो तीन हो गई है बेली ते तू कर दिया था बेली क्यों भी आया स्कूल ठीक है जी जी किधर किधर है यार पता की है हां घर रश बड़ा स्वागत नहीं मनाई जा रही अच्छा असि फिल्म देखने चले हैं कि ओथे कोई बंदा नहीं होता ओथे चल ले हां ए अपनी सुआ जोड़ा लगेगी ना इंशाल्लाह रश पेगा ओथे तो बड़ा पेने इंशाल्लाह यार के फिल्म देखने चला मेनू भी ला जा हफ्ता मैं करा दे रश तो नहीं होंदा गलास टूट गया मेरे को गलती हो गई मैं तुम दसिया नहीं जानू जी मैं अबू जी फिल्म वेखन गई सा अतला देनी एकदम फिर हां जी
इंशाल्लाह असीं जदों वापस आवांगे तुसीं फखर नाल कहोगे ताड़ा अख ला लैना दो लाला स्पीकर दी इज्जत तुहाडे पुत्तर नूं की है 10 मिनट बाद सो जांदा 10 मिनट बाद बैठ जांदा है की कर मैं लाले नूं कह रहा स्पीकर दी इज्जत कर तेरी बॉडी इत्थे नचदी है कोई गलत गल की ना वेख ली बगैर मैं तेरी धोती चो लत तोड़ देनी लै जा इनू बगा के बोतल पी मेरे को